ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਮੁੱਖ ਤੌਰ 'ਤੇ ਚਾਰ ਜੰਗਾਂ ਹੋਈਆਂ। ਪਹਿਲੀ ਜੰਗ ਹੁੰਦੀ ਹੈ ਅਜਮੇਰ ਚੰਦ ਔਰੰਗਜ਼ੇਬ ਵੱਲ ਨੂੰ ਚਿੱਠੀ ਲਿਖ ਕੇ ਕਹਿੰਦਾ ਹੈ ਕਿ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰੋਕਿਆ ਨਾ ਗਿਆ, ਉਹ ਦਿਨ ਦੂਰ ਨਹੀਂ ਜਿਸ ਦਿਨ ਦਿੱਲੀ ਦੇ ਤਖ਼ਤ ਦੇ ਉੱਪਰ ਵੀ ਗੁਰੂ ਗੋਬਿੰਦ ਸਿੰਘ ਕਾਬਜ਼ ਹੋ ਜਾਣਗੇ। ਔਰੰਗਜ਼ੇਬ ਨੇ ਉਸ ਵੇਲੇ ਦੇ ਨਾਲ ਆਪਣੇ ਇੱਕ ਜਰਨੈਲ ਪੈਂਦੇ ਖਾਨ ਨੂੰ ਫੌਜ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਲੜਨ ਵਾਸਤੇ ਭੇਜਿਆ। ਪੈਂਦੇ ਖਾਨ ਦੀ ਫੌਜ ਆਉਂਦੀ ਹੈ, ਨਾਲ ਫਿਰ ਪਹਾੜੀ ਰਾਜਿਆਂ ਦੀ ਫੌਜ ਆਉਂਦੀ ਹੈ। ਇਸ ਜੰਗ ਦੇ ਵਿੱਚ ਪੈਂਦੇ ਖਾਨ ਸਾਰੇ ਦਾ ਸਾਰਾ ਸੰਜੋਹ ਦੇ ਵਿੱਚ ਮੜਿਆ ਹੋਇਆ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੱਕਿਆ, ਮਹਾਰਾਜ ਦੀ ਨਜ਼ਰ ਪਿਆ ਕਿ ਕੰਨ ਦੇ ਕੋਲ ਥੋੜ੍ਹਾ ਜਿਹਾ ਥਾਂ ਜਿਹੜਾ ਉਹ ਖਾਲੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਤੀਰ ਮਾਰਿਆ, ਕੰਨ ਦੇ ਕੋਲ ਜਾ ਕੇ ਪੈਂਦੇ ਖਾਨ ਦੇ ਤੀਰ ਲੱਗਾ, ਪੈਂਦੇ ਖਾਨ ਦੀ ਮੌਤ ਹੋ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿੱਤ ਹੋਈ, ਬਾਕੀ ਦੀਆਂ ਫੌਜਾਂ ਵਾਪਸ ਦੌੜ ਗਈਆਂ। ਦੂਸਰੀ ਵਾਰ ਪਹਾੜੀ ਰਾਜਿਆਂ ਨੇ ਫਿਰ ਯਤਨ ਕੀਤਾ, 2 ਮਹੀਨੇ ਘੇਰਾ ਪਾ ਛੱਡਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤਿਆ ਨਾ ਜਾ ਸਕਿਆ। ਆਖਰ ਉਹਨਾਂ ਇੱਕ ਵਿਉਂਤ ਬਣਾਈ, ਕਿਉਂ ਨਾ ਇੱਕ ਹਾਥੀ ਜਿਹੜਾ ਸੀ ਉਹਨੂੰ ਸ਼ਰਾਬ ਪਿਲਾਈ ਗਈ, 7 ਤਵੀਆਂ ਉਹਦੇ ਮੱਥੇ 'ਤੇ ਬੰਨੀਆਂ ਗਈਆਂ ਕਿ ਲੋਹਗੜ੍ਹ ਸਾਹਿਬ ਦੇ ਕਿਲੇ ਦੇ ਉੱਪਰ ਹਮਲਾ ਕਰੇਗਾ, ਮਗਰ ਫੌਜਾਂ ਆਉਣਗੀਆਂ, ਗੁਰੂ ਗੋਬਿੰਦ ਸਿੰਘ ਨੂੰ ਹੱਥੋਂ ਹੱਥੀ ਫੜ ਲੈਣਾ। ਸਿੱਖ ਨੇ ਆਣ ਕੇ ਬੇਨਤੀ ਕਰਕੇ ਕਿਹਾ, ਮਹਾਰਾਜ ਪਹਾੜੀ ਰਾਜੇ ਸ਼ਰਾਬੀ ਹਾਥੀ ਲੈ ਕੇ ਆ ਰਹੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਜੇ ਪਹਾੜੀ ਰਾਜੇ ਹਾਥੀ ਲੈ ਕੇ ਆ ਰਹੇ ਨੇ, ਸਾਡਾ ਵੀ ਹਾਥੀ ਮੁਕਾਬਲਾ ਕਰੇਗਾ। ਦੁਨੀ ਚੰਦ ਜਿਹੜਾ ਮਜੀਠੇ ਦੇ ਇਲਾਕੇ ਦਾ ਰਹਿਣ ਵਾਲਾ ਸੀ, ਇਹ ਭਾਈ ਸਾਲੋ ਦੇ ਖਾਨਦਾਨ ਦੇ ਵਿੱਚੋਂ ਸੀ। ਭਾਈ ਸਾਲੋ ਨੇ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਸੀ। ਅੱਜ ਵੀ ਅਸਥਾਨ ਭਾਈ ਸਾਲੋ ਜੀ ਦਾ ਬਣਿਆ ਹੋਇਆ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ। ਭਾਈ ਸਾਲੋ ਨੇ ਅੰਮ੍ਰਿਤਸਰ ਦੀ ਧਰਤੀ 'ਤੇ ਆਵਾਜ਼ ਦੇ ਕੇ ਕਹਿਤਾ, ਜਿਹੜਾ ਜਿਹੜਾ ਪਾਥੀਆਂ ਭੇਟ ਕਰੇਗਾ, ਬਾਲਣ ਭੇਟ ਕਰੇਗਾ, ਉਹਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਏਗੀ। ਸਿੱਖਾਂ ਨੇ ਆਣ ਕੇ ਕਿਹਾ, ਮਹਾਰਾਜ ਭਾਈ ਸਾਲੋ ਕੀ ਕਹੀ ਜਾਂਦਾ? ਸਤਿਗੁਰੂ ਕਹਿਣ ਲੱਗੇ, ਸਿੱਖ ਨੇ ਕਹਿਤਾ ਅਤੇ ਕਹਿਤਾ, ਭਾਵ ਸਿੱਖ ਦੇ ਬਚਨਾਂ ਦੇ ਵਿੱਚ ਵੀ ਇੰਨਾ ਬਲ ਹੈ। ਉਸ ਕੁੱਲ ਦੇ ਵਿੱਚੋਂ ਦੁਨੀ ਚੰਦ ਸੀ, ਲੇਕਿਨ ਦੁਨੀ ਚੰਦ ਜਿਹੜਾ ਸੀ ਉਹ ਡਰਪੋਕ ਸੀ, ਉਹ ਡਰ ਗਿਆ, ਰਾਤ ਦੇ ਵੇਲੇ ਦੌੜਿਆ, ਇਤਿਹਾਸ ਕਹਿੰਦਾ ਲੱਤ ਟੁੱਟ ਗਈ, ਸੱਪ ਲੜ ਗਿਆ, ਮੌਤ ਹੋ ਗਈ। ਪਰ ਆਪਾਂ ਆਮ ਕਰਕੇ ਦੁਨੀ ਚੰਦ ਨੂੰ ਫਿਟਕਾਰਾ ਹੀ ਪਾਈ ਜਾਂਦੇ, ਪਰ ਉਹਨਾਂ ਦੇ ਗਾਂ ਪੋਤਰੇ ਜਿਹੜੇ ਸਨ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜੰਗਾਂ ਦੇ ਵਿੱਚ ਜੂਝਦਿਆਂ ਸ਼ਹੀਦ ਹੋਏ ਸੀ। ਬਾਬਾ ਬਚਿੱਤਰ ਸਿੰਘ ਨੂੰ ਸਤਿਗੁਰੂ ਨੇ ਥਾਪੜਾ ਦਿੱਤਾ, ਉਹਨੇ ਜਾ ਕੇ ਨਾਗਣੀ ਜਿਹੜੀ ਸੀ ਉਹ ਹਾਥੀ ਦੇ ਮੱਥੇ ਦੇ ਵਿੱਚ ਮਾਰੀ, ਹਾਥੀ ਪਛਾਣ ਨੂੰ ਦੌੜਿਆ, ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਲਤਾੜਦਾ ਚੀਖਾਂ ਮਾਰਦਾ ਦੌੜਿਆ। ਇੰਨੇ ਚਿਰ ਨੂੰ ਬਾਬਾ ਉਦੇ ਸਿੰਘ ਨੇ, ਬਾਬਾ ਬਚਿੱਤਰ ਸਿੰਘ, ਬਾਬਾ ਉਦੇ ਸਿੰਘ, ਇਹ ਦੋਨੋਂ ਭਾਈ ਮਣੀ ਸਿੰਘ ਦੇ ਸਪੁੱਤਰ ਹੈ। ਬਾਬਾ ਉਦੇ ਸਿੰਘ ਨੇ ਘੋੜਾ ਦੌੜਾਇਆ, ਕੇਸਰੀ ਚੰਦ ਜਿਹੜਾ ਰਾਜਾ ਸੀ ਉਹਦਾ ਸਿਰ ਵੱਢਿਆ, ਨੇਜੇ 'ਚ ਪਰੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਕਰ ਦਿੱਤਾ। ਪਹਾੜੀ ਰਾਜੇ ਹਾਰ ਕੇ ਸ਼ਰਮਿੰਦੇ ਹੋ ਕੇ ਵਾਪਸ ਚਲੇ ਗਏ।
ਆਨੰਦਪੁਰ ਸਾਹਿਬ ਦੀ ਤੀਸਰੀ ਜੰਗ ਸੀ ਜੋ ਆਪ ਜੀ ਸਰਵਣ ਕਰ ਰਹੇ ਸੀ। ਫਿਰ ਸੈਦ ਖਾਂ ਚੜ੍ਹ ਕੇ ਆਇਆ, ਨਸੀਰਾਂ ਦੇ ਕਹਿਣ ਦੇ ਉੱਪਰ ਉਹਦੇ ਮਨ ਦੇ ਉੱਪਰ ਇੰਨਾ ਪ੍ਰਭਾਵ ਪਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਝੁੱਕ ਗਿਆ, ਸਤਿਗੁਰੂ ਦੀ ਜਿੱਤ ਹੋਈ। ਫਿਰ ਚੌਥੀ ਜੰਗ ਹੁੰਦੀ ਹੈ ਜਿਸ ਵੇਲੇ ਦੇ ਨਾਲ ਸਾਰੀਆਂ ਪਹਾੜੀ ਰਾਜਿਆਂ ਦੀਆਂ ਫੌਜਾਂ, ਲਾਹੌਰ ਦੇ ਸੂਬੇਦਾਰ ਜ਼ਬਰਦਸਤ ਖਾਨ ਦੀ ਫੌਜ, ਕਸ਼ਮੀਰ ਦੇ ਸੂਬੇਦਾਰ ਦਿਲਾਵਰ ਖਾਨ ਦੀ ਫੌਜ, ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਫੌਜ, ਜਿਹੜੇ ਰੰਗੜ ਸਨ ਉਹਨਾਂ ਦੀ ਫੌਜ, ਗੁਜਰਾਂ ਦੀ ਫੌਜ, ਵੱਡੀ ਗਿਣਤੀ ਵਿੱਚ ਫੌਜ ਜਿਹੜੀ ਆਨੰਦਪੁਰ ਸਾਹਿਬ 'ਤੇ ਚੜ੍ਹ ਕੇ ਆਉਂਦੀ ਹੈ। ਇਹ ਆਨੰਦਪੁਰ ਸਾਹਿਬ ਦੀ ਧਰਤੀ ਦਾ ਅਖੀਰਲਾ ਜੰਗ ਹੈ। ਫਿਰ ਜਦੋਂ ਦੇਖਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤਿਆ ਨਹੀਂ ਜਾ ਸਕਦਾ, ਉਹਨਾਂ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਜੇਠ ਦੇ ਮਹੀਨੇ ਵਿੱਚ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਿਆ, ਪਹਾੜੀ ਰਾਜੇ ਅਤੇ ਮੁਗਲ ਫੌਜਾਂ ਘੇਰਾ ਪਾ ਕੇ ਬੈਠ ਗਏ। ਉਸ ਤੋਂ ਬਾਅਦ ਜੇਠ ਹਾੜ੍ਹ ਦੀਆਂ ਧੁੱਪਾਂ ਅਤੇ ਚਮਾਸਿਆਂ ਦਾ ਸਮਾਂ ਲੰਘਿਆ, ਸੌਣ ਦੇ ਵਿੱਚ ਬਰਸਾਤ ਪਈ, ਭਾਦਰੋਂ ਦੇ ਵਿੱਚ ਹੁੰਮਸ ਪੈਦਾ ਹੋਇਆ, ਫਿਰ ਅੱਗੇ ਜਾ ਕੇ ਬਰਫ਼ ਦੀ ਠੰਡੀ ਰਾਤ ਜਿਹੜੀਆਂ ਪਹਾੜੀ ਫੌਜਾਂ ਅਤੇ ਮੁਗਲ ਫੌਜਾਂ ਸੀ ਉਹ ਹਰ ਤਰੀਕੇ ਨਾਲ ਯਤਨ ਕਰ ਰਹੇ ਸੀ ਕਿ ਇਸ ਘੇਰੇ ਤੋਂ ਸਾਡਾ ਖਹਿੜਾ ਛੁੱਟ ਜਾਏ। ਉੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਰਜੀਵੜੇ ਸਿੱਖ ਆਨੰਦਪੁਰ ਸਾਹਿਬ ਦੇ ਅੰਦਰ ਡਟੇ ਹੋਏ ਸਨ, ਚੜ੍ਹਦੀ ਕਲਾ ਵਿੱਚ ਸਨ। ਹਾਲਾਂਕਿ ਆਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚੋਂ ਖਾਣ ਵਾਸਤੇ ਰਸਤਾਂ ਬਸਤਾਂ ਖਤਮ ਹੋ ਚੁੱਕੀਆਂ, ਮਹਾਰਾਜ ਦੀਆਂ ਅੱਖਾਂ ਦੇ ਸਾਹਮਣੇ ਪ੍ਰਸਾਦੀ ਹਾਥੀ ਤੜਫ ਤੜਫ ਕੇ ਆਪਣੇ ਪ੍ਰਾਣ ਦੇ ਗਿਆ। ਆਪ ਜੀ ਨੇ ਸਰਵਣ ਕੀਤਾ ਸੀ, ਰਾਜਾ ਰਤਨ ਰਾਏ ਨੇ ਹਾਥੀ ਭੇਟ ਕੀਤਾ, ਸਾਰਾ ਕਾਲੇ ਰੰਗ ਦਾ, ਚਿੱਟੇ ਰੰਗ ਦੀ ਉਹਦੇ ਉੱਪਰ ਧਾਰੀ ਸੀ, ਤੀਰ ਫੜ ਕੇ ਲਿਆਉਂਦਾ, ਚਰਨ ਧਵਾਉਂਦਾ, ਚੌਰ ਕਰਦਾ, ਬਹੁਤ ਸਿਖਾਇਆ ਹੋਇਆ ਹਾਥੀ ਸੀ। ਸਤਿਗੁਰੂ ਦੀਆਂ ਅੱਖਾਂ ਦੇ ਸਾਹਮਣੇ ਭੁੱਖ ਦੇ ਚੱਲਦਿਆਂ ਤੜਫ ਤੜਫ ਕੇ ਪ੍ਰਸਾਦੀ ਹਾਥੀ ਪ੍ਰਾਣ ਤਿਆਗ ਗਿਆ। ਸਤਿਗੁਰੂ ਦੀਆਂ ਅੱਖਾਂ ਦੇ ਸਾਹਮਣੇ ਕਈ ਘੋੜੇ ਚੜ੍ਹਾਈ ਕਰ ਗਏ, ਕਈ ਜਾਨਾਂ ਤੋਂ ਪਿਆਰੇ ਸਿੱਖ ਜਿਹੜੇ ਸੀ ਭੁੱਖ ਦੇ ਕਰਕੇ ਸ਼ਹਾਦਤਾਂ ਦੇ ਜਾਮ ਪੀ ਗਏ, ਸਿੱਖ ਕਿਤੇ ਕਿਤੇ ਬਾਹਰ ਨਿਕਲਦੇ, ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ 'ਤੇ ਹਮਲਾ ਕਰਕੇ ਜਿੰਨਾ ਕੁ ਉਹਨਾਂ ਦਾ ਸਾਜੋ ਸਮਾਨ ਮਿਲਦਾ ਖੋਹ ਕੇ ਚਲੇ ਜਾਂਦੇ। ਫਿਰ ਸਹਿਜੇ ਸਹਿਜੇ ਪਹਾੜੀ ਰਾਜੇ ਅਤੇ ਮੁਗਲ ਫੌਜਾਂ ਨੇ ਆਪਣਾ ਖਾਣ ਪੀਣ ਦਾ ਸਾਜੋ ਸਮਾਨ ਉਹ ਪਿਛਲੇ ਪਾਸੇ ਕਰ ਲਿਆ, ਹੁਣ ਜਿਹੜਾ ਮਾੜਾ ਮੋਟਾ ਮਿਲਦਾ ਸੀ ਸਿੱਖਾਂ ਨੂੰ ਉਹ ਵੀ ਬੰਦ ਹੋ ਗਿਆ। ਆਨੰਦਪੁਰ ਸਾਹਿਬ ਦੇ ਅੰਦਰ ਜਾਣ ਵਾਲਾ ਪਾਣੀ ਦਾ ਜਿਹੜਾ ਚਸ਼ਮਾ ਸੀ ਉਹ ਵੀ ਬੰਦ ਕਰ ਦਿੱਤਾ ਗਿਆ। ਹੁਣ ਇੱਕ ਪਾਸੇ ਬਾਹਰ ਬੈਠੇ ਹੋਏ ਜਿਹੜੇ ਫੌਜਦਾਰ ਅਤੇ ਫੌਜੀ ਸਿਪਾਹੀ ਸੀ ਉਹ ਤਾਂ ਤਨਖਾਹਦਾਰ ਹੈ, ਜਿਹੜੇ ਅੰਦਰ ਬੈਠੇ ਆ ਉਹ ਰੋਜ਼ ਪੜ੍ਹਦੇ ਸੀ ਕਿਰਤਿਆਂ ਦੁੱਖ ਭੂਖ ਸੱਦ ਮਾਰ ਇਹ ਪੇ ਦਾਤ ਤੇਰੀ ਦਾਤਾਰ, ਉਹ ਰੋਜ਼ ਪੜ੍ਹਦੇ ਸੀ ਜੇ ਸੁੱਖ ਦੇ ਤਾਂ ਤੁਝੇ ਆਰਾਧੀ ਦੁੱਖ ਭੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਇੱਥੇ ਰਾਜਾਂ ਦੁੱਖ ਵਿੱਚ ਸੁੱਖ ਮਨਾਏ, ਜੇ ਸੁੱਖ ਦੇ ਤਾਂ ਵੀ ਖੁਸ਼ ਹੈ, ਦੁੱਖ ਦੇ ਤਾਂ ਵੀ ਖੁਸ਼ ਹੈ, ਜੇ ਭੁੱਖ ਵੀ ਆ ਜੇ ਅਸੀਂ ਤਾਂ ਵੀ ਪ੍ਰਸੰਨ ਹਾਂ। ਉਹ ਅੰਦਰ ਬੈਠੇ ਰੋਜ਼ ਜਾਪ ਕਰਨ ਵਾਲੇ ਭੁੱਖ ਵੀ ਉਹਨਾਂ ਨੂੰ ਸਤਾ ਨਹੀਂ ਸਕੀ,
ਬਾਹਰ ਬੈਠੇ ਪਹਾੜੀ ਰਾਜੇ ਅਤੇ ਮੁਗਲ ਫੌਜਾਂ ਖਹਿੜਾ ਛਡਾਉਣਾ ਚਾਹੁੰਦੀਆਂ। ਪਹਾੜੀ ਰਾਜਿਆਂ ਨੇ ਸਾਰਿਆਂ ਤੋਂ ਪਹਿਲਾਂ ਆਪਣੇ ਇੱਕ ਪੁਜ਼ਾਰੀ ਪੰਡਿਤ ਪਰਮਾਨੰਦ ਨੂੰ ਥਾਲੀ ਦੇ ਵਿੱਚ ਆਟੇ ਦੀ ਗਾਂ ਬਣਾ ਕੇ ਉਹਨੇ ਮੂੰਹ ਦੇ ਵਿੱਚ ਘਾਹ ਦਾ ਇੱਕ ਤਿਣਕਾ ਪਾਇਆ ਹੈ, ਤਿੜ ਪਾਈ ਹੋਈ ਹੈ, ਅਤੇ ਘਾਹ ਨੂੰ ਚੱਬਦਿਆਂ ਚੱਬਦਿਆਂ ਪਰਮਾਨੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁੱਖ ਜਾ ਕੇ ਕਹਿੰਦਾ, ਮਹਾਰਾਜ ਗਾਉਂ ਦੀ ਤਰ੍ਹਾਂ ਨਿਮਾਣੇ ਹੋ ਕੇ ਤੁਹਾਡੇ ਅੱਗੇ ਅਰਜ਼ ਕਰਕੇ ਕਹਿੰਦੇ, ਤੁਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਕੇ ਚਲੇ ਜਾਓ। ਮਹਾਰਾਜ ਅਸੀਂ ਇਸ ਆਟੇ ਦੀ ਗਾਂ ਦੀ ਕਸਮ ਖਾ ਕੇ ਕਹਿੰਦੇ, ਅਸੀਂ ਕੁਝ ਨਹੀਂ ਕਹਾਂਗੇ। ਸਿੱਖ ਕਹਿਣ ਲੱਗੇ, ਮਹਾਰਾਜ ਹੁਣ ਤਾਂ ਕਸਮ ਖਾਂਦੇ ਆ, ਭਰੋਸਾ ਕਰਨਾ ਚਾਹੀਦਾ। ਸਤਿਗੁਰੂ ਕਹਿਣ ਲੱਗੇ, ਜਾਨਵਰ ਦਾ ਕੀ ਭਰੋਸਾ ਹੈ? ਗਾਂ ਤਾਂ ਇੱਕ ਪਸ਼ੂ ਹੈ, ਗਾਂ ਤਾਂ ਇੱਕ ਜਾਨਵਰ ਹੈ, ਇਹਦਾ ਕੀ ਭਰੋਸਾ ਕੀਤਾ ਜਾ ਸਕਦਾ ਹੈ? ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਸਿੱਖੋ ਮੈਂ ਤੁਹਾਨੂੰ ਹੁਣੇ ਵਿਖਾ ਦਿੰਦਾ ਇਹਨਾਂ ਬੇਈਮਾਨਾਂ ਦੇ ਅੰਦਰ ਕਿੱਥੇ ਕੋ ਖੜੇ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁਝ ਖੱਚਰਾਂ ਮੰਗਾਈਆਂ, ਉਹਨਾਂ ਖੱਚਰਾਂ ਦੇ ਉੱਪਰ ਮਰੇ ਹੋਏ ਪਸ਼ੂਆਂ ਦੇ ਹੱਡ ਲੱਦੇ, ਉਹਦੇ ਉੱਪਰ ਟੁੱਟੇ ਛਿੱਤਰ ਲੱਦੇ ਗਏ, ਉੱਪਰ ਕੀਮਤੀ ਦੁਸ਼ਾਲੇ ਪਾ ਕੇ ਸਤਿਗੁਰੂ ਨੇ ਉਹ ਖੱਚਰਾਂ ਬਾਹਰ ਤੋਰੀਆਂ, ਅਤੇ ਨਾਲੇ ਫਿਰ ਸਤਿਗੁਰੂ ਨੇ ਰੌਲਾ ਪਵਾ ਦਿੱਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਜ਼ਾਨਾ ਜਾ ਰਿਹਾ ਹੈ। ਪਹਾੜੀ ਰਾਜੇ ਟੁੱਟ ਕੇ ਪੈ ਗਏ, ਖੱਚਰਾਂ ਫੜੀਆਂ ਆਪਣੇ ਤੰਬੂਆਂ 'ਚ ਲੈ ਗਏ। ਜਦੋਂ ਉੱਪਰੋਂ ਜਾ ਕੇ ਦਿਸ਼ਾਲੇ ਪਰੇ ਕੀਤੇ, ਥੱਲੇ ਮਰੇ ਹੋਏ ਪਸ਼ੂਆਂ ਦੇ ਹੱਡ, ਟੁੱਟੇ ਹੋਏ ਛਿੱਤਰ, ਬੜੇ ਸ਼ਰਮਿੰਦੇ ਹੋਏ। ਵਜ਼ੀਰ ਖਾਨ ਦੇ ਵੱਲੋਂ ਭੇਜਿਆ ਹੋਇਆ ਇੱਕ ਕਾਜ਼ੀ ਜਿਹਦਾ ਨਾਂ ਕਾਜ਼ੀ ਹਸਨ ਹੈ, ਉਹਨੇ ਆਪਣੇ ਹੱਥ ਦੇ ਵਿੱਚ ਕੁਰਾਨ ਮਜੀਦ ਪਕੜੀ ਹੋਈ ਹੈ। ਇਸਲਾਮ ਦਾ ਧਾਰਮਿਕ ਗ੍ਰੰਥ ਹੈ ਕੁਰਾਨ। ਉਹਨੇ ਕੁਰਾਨ ਫੜੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਇਆ ਅਤੇ ਕੁਰਾਨ ਦੇ ਉੱਪਰ ਲਿਖਿਆ ਹੋਇਆ, ਉਹਦੀ ਜਿਲਦ ਦੇ ਉੱਪਰ ਲਿਖਿਆ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਕੇ ਦੀਨਾ ਕਾਂਗੜ ਦੀ ਧਰਤੀ 'ਤੇ ਆ ਜਾਵੋ, ਮੈਂ ਤੁਹਾਡੇ ਨਾਲ ਮੁਲਾਕਾਤ ਕਰਨ ਵਾਸਤੇ ਤਿਆਰ ਹਾਂ। ਅਤੇ ਨਾਲੇ ਫਿਰ ਲਿਖਿਆ ਹੋਇਆ, ਮਹਾਰਾਜ ਕਸਮ ਖਾ ਕੇ ਕਹਿੰਦਾ ਹਾਂ, ਮੇਰੀ ਫੌਜ ਤੁਹਾਡੇ 'ਤੇ ਹਮਲਾ ਨਹੀਂ ਕਰੇਗੀ। ਥੱਲੇ ਔਰੰਗਜ਼ੇਬ ਦੇ ਸਾਈਨ ਕੀਤੇ ਹੋਏ ਹੈ। ਇਹ ਕਸਮ ਔਰੰਗਜ਼ੇਬ ਨੇ ਖਾਧੀ ਜਾਂ ਵਜ਼ੀਰ ਖਾਨ ਨੇ ਖਾਧੀ? ਪਰ ਸੱਚ ਹੈ, ਕਸਮ 'ਤੇ ਖਾਧੀ ਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਗੱਲ ਦਾ ਜ਼ਿਕਰ ਕੀਤਾ ਜਦੋਂ ਜ਼ਫਰਨਾਮਾ ਲਿਖਿਆ ਨਾ ਔਰੰਗਜ਼ੇਬ ਵਾਲੇ ਪਾਸੇ ਨੂੰ। ਮਹਾਰਾਜ ਕਹਿੰਦੇ, ਜੋ ਤੂੰ ਕਿਹਾ ਉਹ ਮੈਂ ਕੀਤਾ, ਪਰ ਤੂੰ ਆਪਣੇ ਕੀਤੇ ਤੋਂ ਮੁੱਕਰ ਗਿਆ। ਗੁਰਦੇਵ ਕਹਿੰਦੇ, ਉਹ ਕੁਰਾਨ ਅੱਜ ਵੀ ਮੇਰੇ ਕੋਲ ਹੈਗੀ ਜਿਹਦੇ 'ਤੇ ਕਸਮ ਖਾ ਕੇ ਭੇਜੀ ਸੀ। ਨਵ ਸਤਰ ਛੇਦੋ ਬਗ ਫੁੱਤੇ ਜ਼ੁਬਾ ਬਵਾਜ਼ਤ ਕੇ ਈ ਕਰ ਰਾਹਤ ਰਸਾ। ਤੂੰ ਮੁੱਕਰਿਆ ਹੈ। ਜਦੋਂ ਹੁਣ ਕਾਜ਼ੀ ਹਸਨ ਨੇ ਲਿਖਤੀ ਸਹੁੰ ਜ਼ੁਬਾਨੀ ਬੋਲ ਕੇ ਸਹੁੰ ਖਾ ਕੇ ਕਿਹਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਆਏ ਧਰਮ ਦੀ ਖਾਤਰ ਸੀ, ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ, ਬਾਪੂ ਨੂੰ ਆਣ ਕੇ ਕੋਈ ਧਰਮ ਦੇ ਵਾਸਤੇ ਪਾ ਕੇ ਕਵੇ ਤੇ ਸਤਿਗੁਰੂ ਜਿਹੜੇ ਧਰਮ ਦੀ ਸਥਾਪਨਾ ਵਾਸਤੇ ਆਏ ਉਹ ਕਿਉਂ ਨਹੀਂ ਮੰਨਣਗੇ? ਜਿੱਦਣ ਪੁਜ਼ਾਰੀਆਂ ਨੇ ਧਰਮ ਦਾ ਵਾਸਤਾ ਪਾ ਕੇ ਕਿਹਾ, ਉਦਣ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਣ ਵਾਸਤੇ ਗਏ, ਜਿੱਦਣ ਇਹਨਾਂ ਕਾਜ਼ੀ ਅਤੇ ਬ੍ਰਾਹਮਣਾਂ ਨੇ ਧਰਮ ਦਾ ਵਾਸਤਾ ਪਾ ਕੇ ਕਿਹਾ, ਉਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡਣ ਦਾ ਫੈਸਲਾ ਕਰ ਲਿਆ।
ਮਹਾਰਾਜ ਅੱਜ ਆਖਰੀ ਵਾਰ ਅਨੰਦਪੁਰ ਸਾਹਿਬ ਦੀਆਂ ਗਲੀਆਂ ਦੇ ਵਿੱਚ ਇੱਕ ਗੇੜੀ ਲਾਉਂਦੇ ਹੈ। ਸਤਿਗੁਰੂ ਨੇ ਜਾ ਕੇ ਅੱਜ ਰੀਜ਼ ਦੇ ਨਾਲ ਅਨੰਦਪੁਰ ਸਾਹਿਬ ਦੀਆਂ ਗਲੀਆਂ ਨੂੰ ਤੱਕਿਆ ਹੈ। ਆਪਣੇ ਪਿਤਾ ਵਾਲੀ ਥਾਂ ਦੇ ਉੱਪਰ ਜਾ ਕੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਦਾ ਸੰਸਕਾਰ ਕੀਤਾ ਸੀ, ਉੱਥੇ ਜਾ ਕੇ ਸਤਿਗੁਰੂ ਨਤਮਸਤਕ ਹੋਏ ਹੈ। 29 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਤੀਤ ਕੀਤੇ। ਸਤਿਗੁਰੂ ਨੇ ਹੁਣ ਉਸ ਵੇਲੇ ਦੇ ਨਾਲ ਗੁਰਬਖਸ਼ ਦਾਸ ਉਦਾਸੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੀਸ ਵਾਲੇ ਪਾਵਨ ਸਥਾਨ ਦੇ ਉੱਪਰ ਉੱਥੋਂ ਦੀ ਸੇਵਾ ਸੰਭਾਲ ਵਾਸਤੇ ਉਹਨੂੰ ਲਗਾਇਆ ਗਿਆ ਹੈ। ਮਹਾਰਾਜ ਨੇ ਬਾਕੀ ਦੇ ਜਿਹੜੇ ਕਿਲਿਆਂ ਦੇ ਵਿੱਚ ਸਿੱਖ ਬੈਠੇ ਹੋਏ ਸਨ ਉਹਨਾਂ ਸਾਰੇ ਸਿੱਖਾਂ ਨੂੰ ਅਨੰਦਗੜ੍ਹ ਸਾਹਿਬ ਦੇ ਕਿਲੇ ਦੇ ਵਿੱਚ ਸੱਦ ਲਿਆ। 6 ਤੇ 7 ਪੋਹ ਦੀ ਦਰਮਿਆਨੀ ਰਾਤ ਹੈ, ਅੱਤ ਦੀ ਠੰਡ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਥਿਆਂ ਦੀ ਵੰਡ ਕੀਤੀ ਹੈ। ਇੱਕ ਜਥੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨਾਲ ਕੁਝ ਸਿੱਖ ਹੈ। ਦੂਸਰੇ ਜਥੇ ਦੇ ਵਿੱਚ ਬਾਬਾ ਜੀਵਨ ਸਿੰਘ ਨਾਲ 100 ਸਿੱਖਾਂ ਦਾ ਜਥਾ ਹੈ। ਤੀਸਰੇ ਜਥੇ ਦੇ ਵਿੱਚ ਬਾਬਾ ਬਚਿੱਤਰ ਸਿੰਘ ਨਾਲ 100 ਸਿੱਖਾਂ ਦਾ ਜਥਾ ਹੈ। ਇੱਕ ਜਥੇ ਦੇ ਵਿੱਚ ਬਾਬਾ ਉਦੇ ਸਿੰਘ, ਬਾਬਾ ਅਜੀਤ ਸਿੰਘ, 50 ਸਿੱਖਾਂ ਦਾ ਜਥਾ ਹੈ। ਸਤਿਗੁਰੂ ਨੇ ਜਥਿਆਂ ਦੀ ਵੰਡ ਕੀਤੀ ਹੈ। ਮਾਤਾ ਗੁਜਰ ਕੌਰ, ਛੋਟੇ ਸਾਹਿਬਜ਼ਾਦੇ, ਕੁਝ ਸਿੱਖ ਉਹਨਾਂ ਨਾਲ ਹੈ। ਗੁਰੂ ਸਾਹਿਬ ਦੇ ਮਹਿਲ ਜਿਹੜੇ ਸਨ, ਕੁਝ ਸਿੱਖ ਉਹਨਾਂ ਦੇ ਨਾਲ ਹੈ। ਕੁੱਲ ਮਿਲਾ ਕੇ 5 ਕੁ ਸਿੱਖਾਂ ਦਾ ਇਹ ਕਾਫਲਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਅੱਜ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਆਖਰੀ ਫਤਿਹ ਬੁਲਾਈ ਅਤੇ ਸਤਿਗੁਰੂ ਨੇ ਸਦੀਵੀ ਕਾਲ ਵਾਸਤੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਅਲਵਿਦਾ ਕਹਿ ਦਿੱਤਾ। ਅੱਜ ਛੱਡੇਗਾ ਕਿਲਾ ਅਨੰਦਪੁਰ ਦਾ ਕਲਗੀਆਂ ਵਾਲੇ ਦਾ ਪਰਿਵਾਰ ਸਿੰਘੋ। ਗੁਰੂ ਦਸ਼ਮੇਸ਼ ਦੁਸ਼ਮਣ ਦੇ ਘੇਰੇ ਵਿੱਚ ਬੇਖੌਫ ਹੋ ਕੇ ਗਾਏਗਾ ਆਸਾ ਦੀ ਵਾਰ ਸਿੰਘੋ। ਮਾਤ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਵਹੀਰ ਦੇ ਨਾਲੋਂ ਵਿਛੜੇ ਆਖਰੀ ਵਾਰ ਸਿੰਘੋ। ਜੋੜੀ ਜੋੜੀ ਕਰਕੇ ਉਹਨੇ ਵਾਰ ਦਿੱਤੇ, ਭੁੱਲਿਓ ਨਾ ਦਸ਼ਮੇਸ਼ ਦੇ ਉਪਕਾਰ ਸਿੰਘੋ। ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਗੜ੍ਹ ਸਾਹਿਬ ਦੇ ਕਿਲੇ ਤੋਂ ਬਾਹਰ ਨਿਕਲਦੇ ਹੈ, ਜਥਿਆਂ ਦੇ ਰੂਪ ਵਿੱਚ ਨਿਕਲਦੇ ਆ, ਕਾਫਲੇ ਦੇ ਰੂਪ ਵਿੱਚ ਨਹੀਂ। ਕਾਫਲੇ ਨੂੰ ਘੇਰ ਕੇ ਖਤਮ ਕੀਤਾ ਜਾ ਸਕਦਾ ਹੈ। ਇੱਕ ਜਥਾ ਨਿਕਲਿਆ, ਥੋੜ੍ਹੀ ਦੇਰ ਬਾਅਦ ਦੂਸਰਾ ਜਥਾ ਨਿਕਲਿਆ, ਥੋੜ੍ਹੀ ਦੇਰ ਬਾਅਦ ਤੀਸਰਾ ਜਥਾ ਨਿਕਲਿਆ। ਮੁਗਲ ਫੌਜਾਂ ਅਤੇ ਪਹਾੜੀ ਰਾਜੇ ਵੇਖਦੇ, ਪਤਾ ਨਹੀਂ ਅਜੇ ਅੰਦਰ ਕਿੰਨੀ ਫੌਜ ਹੋਏਗੀ। ਜਦੋਂ ਬਹੁਤ ਦੇਰ ਹੋ ਗਈ, ਵੇਖਿਆ ਹੁਣ ਅੰਦਰੋਂ ਕੋਈ ਨਹੀਂ ਆਇਆ, ਪਹਾੜੀ ਰਾਜੇ ਮੁਗਲ ਫੌਜਾਂ ਟੁੱਟ ਕੇ ਅਨੰਦਪੁਰ ਸਾਹਿਬ 'ਤੇ ਪੈ ਗਈਆਂ। ਵੇਖਿਆ ਅੰਦਰ ਕੋਈ ਨਹੀਂ ਮਿਲ ਸਕਿਆ, ਬੁਰੇ ਤਰੀਕੇ ਦੇ ਨਾਲ ਅਨੰਦਪੁਰ ਸਾਹਿਬ ਨੂੰ ਉਜਾੜਿਆ ਕਿ ਇੱਥੇ ਦੁਬਾਰਾ ਕੋਈ ਵਸਣ ਜੋਗਾ ਨਾ ਰਹਿ ਜਾਵੇ। ਹਾਲਾਂਕਿ ਮਹਾਰਾਜ ਨੇ ਜਿੰਨੀ ਧਨ ਦੌਲਤ ਸੀ, ਸਤਿਗੁਰੂ ਜਾਣਦੇ ਸੀ ਦੁਸ਼ਮਣ ਦੇ ਹੱਥ ਵਿੱਚ ਨਹੀਂ ਆਉਣੀ ਚਾਹੀਦੀ, ਮਹਾਰਾਜ ਨੇ ਸਾਰੀ ਦਰਿਆ 'ਚ ਰੋੜਤੀ। ਵਿਦਿਆ ਸਾਗਰ ਗ੍ਰੰਥ ਜਿਹੜਾ ਸੀ, ਕੁਝ ਇਤਿਹਾਸਕਾਰ ਕਹਿੰਦੇ ਅਗਨ ਭੇਟ ਕਰਤਾ, ਕੁਝ ਕਹਿੰਦੇ ਜਿਹੜਾ ਸੀ ਪਾਣੀ ਦੀ ਭੇਟ ਕਰਤਾ, ਕੁਝ ਵੀ ਹੋਵੇ ਮਹਾਰਾਜ ਨੇ ਗ੍ਰੰਥ ਵੀ ਭੇਟ ਕਰਤੇ। ਮਹਾਰਾਜ ਕਹਿੰਦੇ ਗੁਰੂ ਕੇ ਸਿੱਖੋ ਆਪਣੇ ਹੱਥਾਂ ਵਿੱਚ ਪਕੜੋ, ਇੱਕੋ ਹੀ ਚੀਜ਼ ਕੰਮ ਆਉਣੀ ਹੈ, ਉਹ ਸ੍ਰੀ ਸਾਹਿਬ ਹੈ। ਪਤਾ ਸਤਿਗੁਰੂ ਨੂੰ ਅੱਗੇ ਕੀ ਹੋਣ ਵਾਲਾ ਹੈ। ਜਿਹੜੀਆਂ ਤੋਪਾਂ ਵੀ ਸੀ ਮਹਾਰਾਜ ਨੇ ਉਹ ਵੀ ਨਕਾਰੀ ਕਰਤੀਆਂ, ਇਹ ਚੱਲਣ ਯੋਗ ਨਾ ਰਹਿਣ, ਦੁਸ਼ਮਣ ਦੇ ਹੱਥ ਵਿੱਚ ਨਹੀਂ ਆਉਣੀਆਂ ਚਾਹੀਦੀਆਂ।
ਜਦੋਂ ਸਤਿਗੁਰੂ ਅੱਗੇ ਨਿਕਲ ਗਏ, ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਕਿਹਾ, ਕਹਿਣ ਲੱਗੇ ਅੱਗੇ ਤਾਂ ਗੁਰੂ ਕਿਲਿਆਂ ਦੇ ਵਿੱਚ ਸੀ, ਤਾਂ ਕਰਕੇ ਨਹੀਂ ਫੜਿਆ ਗਿਆ। ਹੁਣ ਗੁਰੂ ਜਿਹੜਾ ਰਣ ਮੈਦਾਨ ਦੇ ਵਿੱਚ ਹੈ, ਰੜੇ ਮੈਦਾਨ ਵਿੱਚ ਹੱਥੋਂ ਹੱਥੀ ਫੜ ਲੈਣਾ ਹੈ। ਸਭ ਤੋਂ ਪਿਛਲੇ ਪਾਸੇ ਆ ਰਹੇ ਸੀ ਬਾਬਾ ਉਦੇ ਸਿੰਘ ਅਤੇ ਬਾਬਾ ਅਜੀਤ ਸਿੰਘ। ਬਾਬਾ ਅਜੀਤ ਸਿੰਘ ਰੁਕ ਕੇ ਕਹਿਣ ਲੱਗੇ, ਕਹਿੰਦੇ ਭਾਵੇਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਹੋਵੇ, ਭਾਵੇਂ ਰੜਾ ਮੈਦਾਨ ਹੋਵੇ, ਲੇਕਿਨ ਜਿੰਨਾ ਸਮਾਂ ਸਾਡੇ ਹੱਥ ਵਿੱਚ ਪਿਤਾ ਦੀ ਪਕੜਾਈ ਸ਼ਮਸ਼ੀਰ ਹੈ, ਸਾਨੂੰ ਕੋਈ ਫੜ ਨਹੀਂ ਸਕਦਾ। ਜਿਨ੍ਹਾਂ ਨੇ ਕਸਮਾਂ ਖਾਧੀਆਂ ਸੀ, ਉਹ ਪਹਾੜੀ ਰਾਜੇ ਅਤੇ ਮੁਗਲ ਫੌਜਾਂ ਨੇ ਕਸਮਾਂ ਤੋੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਸਾਥੀਆਂ ਅਤੇ ਸਿੱਖਾਂ 'ਤੇ ਹਮਲਾ ਕੀਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਕਹਿਣ ਲੱਗੇ ਬਾਬਾ ਉਦੇ ਸਿੰਘ ਨੂੰ, ਉਦੇ ਸਿੰਘ ਜੀ, ਮਗਰੋਂ ਆ ਰਹੀ ਦੁਸ਼ਮਣ ਦੀ ਫੌਜ ਨਾਲ ਤੁਸੀਂ ਮੁਕਾਬਲਾ ਕਰਨਾ ਹੈ। ਬਾਬਾ ਉਦੇ ਸਿੰਘ 50 ਸਿੱਖਾਂ ਦੇ ਨਾਲ ਸ਼ਾਹੀ ਟਿੱਬੀ ਦੇ ਉੱਪਰ ਜਾ ਕੇ ਮਗਰੋਂ ਆ ਰਹੀ ਮੁਗਲ ਫੌਜ ਦੇ ਨਾਲ ਇੱਕ ਜ਼ਬਰਦਸਤ ਜੰਗ ਕਰਦੇ ਹੈ, ਅਤੇ ਲੜਦਿਆਂ ਲੜਦਿਆਂ ਬਾਬਾ ਉਦੇ ਸਿੰਘ ਸ਼ਹਾਦਤ ਦਾ ਜਾਮ ਪੀ ਜਾਂਦੇ। ਬਾਬਾ ਉਦੇ ਸਿੰਘ ਨੇ ਜਿਹੜਾ ਬਾਣਾ ਧਾਰਨ ਕੀਤਾ ਸੀ, ਜਿਹੜਾ ਉਹਨਾਂ ਦਾ ਪਹਿਰਾਵਾ ਸੀ, ਬਿਲਕੁਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਹਿਰਾਵੇ ਵਰਗਾ ਸੀ। ਇੱਕ ਵਾਰ ਤੇ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਨੂੰ ਇਉਂ ਲੱਗਿਆ ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦ ਕਰ ਦਿੱਤਾ ਹੈ, ਉਹਨਾਂ ਆਪਣੀ ਜਿੱਤ ਦੇ ਜਸ਼ਨ ਵੀ ਮਨਾ ਤੇ। ਬਾਅਦ ਵਿੱਚ ਪਤਾ ਲੱਗਾ ਇਹ ਗੁਰੂ ਗੋਬਿੰਦ ਸਿੰਘ ਤੇ ਅੱਗੇ ਨਿਕਲ ਗਏ ਨੇ, ਫਿਰ ਮਗਰ ਨੂੰ ਦੌੜੇ, ਫਿਰ ਪਿੱਛਾ ਕੀਤਾ। ਪਹਿਲੀ ਜੰਗ ਸ਼ਾਹੀ ਟਿੱਬੀ ਦੇ ਉੱਪਰ ਹੋਈ, ਦੂਸਰੀ ਜੰਗ ਝੱਖੀਆਂ ਪਿੰਡ ਦੀ ਜੂਹ ਵਿੱਚ ਹੋਈ, ਤੀਸਰੀ ਜੰਗ ਸਰਸਾ ਦੇ ਕੰਢੇ 'ਤੇ ਹੋਈ, ਅਤੇ ਚੌਥੀ ਜੰਗ ਸਰਸਾ ਪਾਰ ਕਰਕੇ ਮਲਕਪੁਰ ਰੰਗੜਾ ਦੇ ਵਿੱਚ ਹੋਈ। ਜਦੋਂ ਸਤਿਗੁਰੂ ਸਰਸਾ ਦੇ ਕੰਢੇ 'ਤੇ ਪਹੁੰਚਦੇ ਹਨ, ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ। ਹਕੀਮ ਮਿਰਜ਼ਾ ਅੱਲਾ ਜ਼ਾਰ ਖਾਂ ਜੋਗੀ, ਇੱਕ ਮੁਸਲਮਾਨ ਵਿਦਵਾਨ, ਬੜੇ ਭਾਵਪੂਰਤ ਸ਼ਬਦਾਂ ਦੇ ਵਿੱਚ ਉਹਨੇ ਸਾਕਾ ਚਮਕੌਰ ਅਤੇ ਸਾਕਾ ਸਰਹੰਦ ਲਿਖਿਆ ਹੈ। ਕਹਿੰਦਾ ਜਦੋਂ ਸਰਸਾ ਦੇ ਕੰਢੇ ਦੇ ਉੱਪਰ ਆਏ ਗੁਰੂ ਦਸ਼ਮੇਸ਼, ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਹੈ। ਮਹਾਰਾਜ ਕਹਿਣ ਲੱਗੇ ਥਾ ਸਿਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ। ਸਤਿਗੁਰੂ ਕਹਿਣ ਲੱਗੇ ਸਿੱਖੋ, ਆਸਾ ਦੀ ਵਾਰ ਦਾ ਸਮਾਂ ਹੋ ਗਿਆ। ਜਪਜੀ ਕਾ ਪਾਠ ਉਸ ਘੜੀ ਕਰਨਾ ਜ਼ਰੂਰ ਥਾ, ਪੜ੍ਹ ਕੇ ਗੁਰੂ ਗ੍ਰੰਥ ਔਰ ਬੜਾਨਾ ਸਰੂਰ ਥਾ। ਸਤਿਗੁਰੂ ਕਹਿੰਦੇ ਜਾਪ ਕਰਨਾ ਹੈ। ਮਹਾਰਾਜ ਕਹਿੰਦੇ, ਸਿੱਖ ਕਹਿਣ ਲੱਗੇ ਮਹਾਰਾਜ ਮਗਰ ਦੁਸ਼ਮਣ ਆ ਰਿਹਾ ਹੈ। ਸਤਿਗੁਰੂ ਕਹਿੰਦੇ ਜੇ ਵੇਲਾ ਵਕਤ ਵਿਚਾਰੀਏ ਕਿਤ ਵੇਲਾ ਭਗਤ ਹੋਈ। ਜੇ ਬੰਦਾ ਇਹੋ ਹੀ ਸੋਚਦਾ ਰਹੇ ਹੁਣ ਸਮਾਂ ਮਿਲੇਗਾ ਫਿਰ ਭਗਤੀ ਕਰਾਂਗਾ, ਅਗਲੇ ਸਮਾਂ ਮਿਲੇਗਾ ਫਿਰ ਭਗਤੀ, ਫਿਰ ਨਹੀਂ ਹੋ ਸਕਦੀ, ਹੁਣੇ ਹੀ ਕਰ। ਤਾਂ ਹੀ ਸਤਿਗੁਰੂ ਕਹਿੰਦੇ ਹਰ ਜਪਦਿਆਂ ਖਿਲ ਢੇਲਣਾ ਕੀ ਜੇ ਮੇਰੀ ਜਿੰਦੜੀਏ, ਮਤ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ, ਢਿੱਲ ਥੋੜ੍ਹੀ ਕਰਨੀ ਚਾਹੀਦੀ ਹੈ। ਨਹਿ ਬਲੰਬ ਧਰਮੰ ਬਲੰਬ ਪਾਪੰ, ਪਾਪ ਕਰਨਾ ਤਾਂ ਦੇਰ ਕਰ, ਧਰਮ ਦਾ ਕੰਮ ਕਰਨਾ ਕੋਈ ਦੇਰ ਨਾ ਕਰ। ਪਤਾ ਨਹੀਂ ਅਗਲੇ ਪਲ ਉਹ ਕੰਮ ਕਰਨ ਵਾਸਤੇ ਮੌਕਾ ਮਿਲਣਾ ਕਿ ਨਹੀਂ ਮਿਲਣਾ। ਪਾਪ ਦਾ ਕੰਮ ਕਰਨਾ ਦੇਰੀ ਕਰ, ਹੋ ਸਕਦਾ ਸਮਾਂ ਬਦਲ ਜਾਏ, ਤੂੰ ਪਾਪ ਦਾ ਕਰਮ ਕਰਨ ਤੋਂ ਬਚ ਜਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਗੁਰੂ ਕੇ ਸਿੱਖੋ, ਬਾਬਾ ਜੀਵਨ ਸਿੰਘ ਦੀ ਅਗਵਾਈ ਹੇਠ 100 ਸਿੱਖਾਂ ਦਾ ਜੱਥਾ ਸਰਸਾ ਦੇ ਕੰਢੇ 'ਤੇ ਜੂਝਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਆਸਾ ਕੀ ਵਾਰ ਦਾ ਜਾਪ ਕਰਦੇ। ਆਖਰੀ ਵਾਰ ਅੱਜ ਗੁਰੂ ਕੇ ਛੋਟੇ ਲਾਲਾ ਨੇ ਗੁਰੂ ਗੋਬਿੰਦ ਸਿੰਘ ਨੂੰ ਤੱਕਿਆ,
ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਤਿਕਾਰਯੋਗ ਮਾਤਾ ਨੂੰ ਤੱਕਿਆ, ਆਪਣੇ ਪੁੱਤਰਾਂ ਨੂੰ ਤੱਕਿਆ। ਬਸ ਇਸ ਸਰਸਾ ਦੇ ਭਿਆਨਕ ਕਾਲੀ ਬੋਲੀ ਰਾਤ ਦੇ ਦੌਰਾਨ ਜਿਵੇਂ ਮਾਲਾ ਦੇ ਮੋਤੀ ਬਿਖਰ ਜਾਂਦੇ ਹੈ, ਇੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਬਿਖਰ ਜਾਂਦਾ ਹੈ। ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਨਾਲ ਵੱਡੇ ਦੋ ਫਰਜ਼ੰਦ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਪੰਜ ਪਿਆਰੇ ਸਾਹਿਬਾਨ, ਕੁਝ ਸਿੱਖ ਉਹ ਚਮਕੌਰ ਵਾਲੇ ਪਾਸੇ ਨੂੰ ਚਲੇ ਜਾਂਦੇ। ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਿਲ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਭਾਈ ਮਣੀ ਸਿੰਘ, ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ, ਇੱਕ ਰਾਤ ਰੋਪੜ ਦੇ ਵਿੱਚ ਕੱਟਣ ਤੋਂ ਬਾਅਦ ਭੇਸ ਬਦਲ ਕੇ ਦਿੱਲੀ ਵਾਲੇ ਪਾਸੇ ਨੂੰ ਚਲੇ ਜਾਂਦੇ। ਅਤੇ ਤੀਸਰੇ ਪਾਸੇ ਸਤਿਕਾਰਯੋਗ ਮਾਤਾ ਗੁਜ਼ਰ ਕੌਰ, 85 ਵਰ੍ਹਿਆਂ ਦੀ ਉਮਰ, 7 ਅਤੇ 9 ਸਾਲ ਦੇ ਦੋਨੋਂ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਚਲੇ ਜਾਂਦੇ। ਅੱਜ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਦਾ ਦਿਹਾੜਾ ਹੈ ਉਸ ਨੂੰ ਵਿਚਾਰਨ ਦਾ ਯਤਨ ਕਰਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਪਾਰ ਕਰਦੇ ਹੈ, ਅਗਲੇ ਬੰਨਿਓ ਜਿਹੜੇ ਗੁੱਜਰ ਅਤੇ ਰੰਗੜ ਸਨ ਉਹ ਵੀ ਹਮਲਾ ਕਰਨ ਵਾਸਤੇ ਆ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬਚਿੱਤਰ ਸਿੰਘ ਨੂੰ ਹੁਕਮ ਕੀਤਾ, ਤੁਸੀਂ ਜਾ ਕੇ ਇਹਨਾਂ ਦਾ ਮੁਕਾਬਲਾ ਕਰੋ, ਮਲਕਪੁਰ ਰੰਗੜਾਂ ਦੇ ਵਿੱਚ ਇਹ ਜੰਗ ਹੋ ਰਿਹਾ ਹੈ। ਇੰਨੇ ਚਿਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਝ ਸਿੱਖਾਂ ਦੇ ਨਾਲ ਨਿਹੰਗ ਖਾਂ ਦੇ ਘਰ ਚਲੇ ਗਏ। ਨਿਹੰਗ ਖਾਂ ਇੱਕ ਮੁਸਲਮਾਨ ਸ਼ਰਧਾਲੂ ਸਿੱਖ ਹੈ। ਮਹਾਰਾਜ ਇਹਦੇ ਗ੍ਰਹਿ ਵਿਖੇ 4 ਵਾਰ ਗਏ। ਪਹਿਲੀ ਵਾਰ ਸਤਿਗੁਰੂ ਉਦੋਂ ਗਏ ਜਦੋਂ ਭੰਗਾਣੀ ਦਾ ਜੰਗ ਜਿੱਤ ਕੇ ਆ ਰਹੇ ਸੀ। ਦੂਸਰੀ ਵਾਰ ਸਤਿਗੁਰੂ ਉਦੋਂ ਗਏ ਜਦੋਂ ਨਿਹੰਗ ਖਾਂ ਦੇ ਪੁੱਤਰ ਆਲਮ ਖਾਨ ਦਾ ਵਿਆਹ ਸੀ। ਤੀਸਰੀ ਵਾਰ ਸਤਿਗੁਰੂ ਉਦੋਂ ਗਏ ਜਦੋਂ ਕੁਰੂਕਸ਼ੇਤਰ ਤੋਂ ਵਾਪਸ ਆ ਰਹੇ ਸੀ। ਮੈਨੂੰ ਮਾਫ ਕਰਿਓ, ਆਮ ਕਿਹਾ ਜਾਂਦਾ ਹੈ ਕਿ ਸੁੱਖ ਵੇਲੇ ਸਾਰੇ ਸਾਥ ਦਿੰਦੇ, ਦੁੱਖ ਵਿੱਚ ਕੋਈ ਸਾਥ ਨਹੀਂ ਦਿੰਦਾ। ਮੈਂ ਕਹਿੰਦਾ ਧੰਤਾ ਦੇ ਯੋਗ ਸੀ ਨਿਹੰਗ ਖਾਂ ਵੀ, ਜਦੋਂ ਸਤਿਗੁਰੂ ਅੱਤ ਦੇ ਸੁੱਖ ਵਿੱਚ ਸੀ ਉਦੋਂ ਵੀ ਮਹਾਰਾਜ ਨੂੰ ਘਰ ਬੁਲਾਇਆ, ਹੁਣ ਮਗਰ ਫੌਜ ਚੜ੍ਹ ਕੇ ਆ ਰਹੀ ਸੀ ਉਦੋਂ ਵੀ ਸੀ ਨਹੀਂ ਕੀਤੀ ਉਹਨੇ ਮਹਾਰਾਜ ਨੂੰ ਆਪਣੇ ਘਰ ਵਿੱਚ ਠਹਿਰਾਇਆ। ਹੁਣ ਸਤਿਗੁਰੂ ਚੌਥੀ ਵਾਰ ਗਏ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਬਰ ਮਿਲਦੀ ਹੈ ਕਿ ਬਾਬਾ ਬਚਿੱਤਰ ਸਿੰਘ ਜਿਹੜੇ ਮਲਕਪੁਰ ਰੰਗੜਾਂ ਦੀ ਧਰਤੀ 'ਤੇ ਜੰਗ ਕਰ ਰਹੇ ਨੇ, ਉਹ ਜੰਗ ਦੇ ਮੈਦਾਨ ਵਿੱਚ ਜ਼ਖਮੀ ਹੋਏ ਪਏ ਨੇ, ਅਜੇ ਸ਼ਹੀਦ ਨਹੀਂ ਹੋਏ, ਸਹਿਕਦੇ ਪਏ ਨੇ। ਸਤਿਗੁਰੂ ਦਾ ਜਿਗਰਾ ਦੇਖੋ, ਮਹਾਰਾਜ ਨੇ ਕਿਸੇ ਸਿੱਖ ਨੂੰ ਨਹੀਂ ਕਿਹਾ, ਆਪਣੇ ਪੁੱਤਰ ਬਾਬਾ ਅਜੀਤ ਸਿੰਘ ਨੂੰ ਕਿਹਾ, ਅਜੀਤ ਸਿਆਂ ਜਾ ਕੇ ਮਲਕਪੁਰ ਰੰਗੜਾਂ ਦੀ ਧਰਤੀ ਤੋਂ ਸਹਿਕਦੇ ਪਏ ਬਾਬਾ ਬਚਿੱਤਰ ਸਿੰਘ ਨੂੰ ਉਠਾ ਕੇ ਲੈ ਕੇ ਆ। ਬਾਬਾ ਅਜੀਤ ਸਿੰਘ ਆਪਣਾ ਘੋੜਾ ਦੜਾਉਂਦੇ, ਹਵਾ ਨਾਲ ਗੱਲਾਂ ਕਰਦੇ ਜਾਂਦੇ, ਬਾਬਾ ਬਚਿੱਤਰ ਸਿੰਘ ਨੂੰ ਜ਼ਖਮੀ ਨੂੰ ਚੁੱਕਦੇ, ਘੋੜੇ ਦੇ ਅੱਗੇ ਬਿਠਾ ਕੇ ਅਤੇ ਨਿਹੰਗ ਖਾਂ ਦੇ ਘਰ ਲੈ ਕੇ ਆਉਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਨਿਹੰਗ ਖਾਂ ਇਹ ਸਿੱਖ ਨੂੰ ਮੇਰਾ ਰੂਪ ਜਾਣ ਕੇ ਸੇਵਾ ਕਰਨੀ ਹੈ। ਜਿਸ ਪਲੰਘ 'ਤੇ ਸਤਿਗੁਰੂ ਆਪ ਬਰਾਜੇ ਸੀ ਉਸ ਪਲੰਘ 'ਤੇ ਬਾਬਾ ਬਚਿੱਤਰ ਸਿੰਘ ਨੂੰ ਲਟਾਇਆ ਗਿਆ, ਉਹਨਾਂ ਦੇ ਜ਼ਖਮਾਂ ਨੂੰ ਸਾਫ਼ ਕੀਤਾ ਗਿਆ, ਦੁਆ ਦਾਰੂ ਕੀਤੀ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਨਿਹੰਗ ਖਾਂ ਇੱਥੇ ਬਹੁਤਾ ਸਮਾਂ ਰੁਕਣਾ ਖਤਰੇ ਤੋਂ ਖਾਲੀ ਨਹੀਂ ਹੋਏਗਾ, ਤੂੰ ਸਾਨੂੰ ਰਸਤਾ ਦੱਸ, ਅਸੀਂ ਚਮਕੌਰ ਵਾਲੇ ਪਾਸੇ ਨੂੰ ਜਾਣਾ ਹੈ, ਦੱਸ ਕਿਹੜਾ ਸੌਖਾ ਰਸਤਾ ਹੈ। ਨਿਹੰਗ ਖਾਂ ਨੇ ਆਪਣੇ ਪੁੱਤਰ ਆਲਮ ਖਾਂ ਨੂੰ ਭੇਜਿਆ।
ਆਲਮ ਖਾਨ ਜਿਹੜਾ ਰਾਏ ਇਕੱਲੇ ਦਾ ਜਵਾਈ ਲੱਗਦਾ ਹੈ, ਗੁਰੂ ਗੋਬਿੰਦ ਸਿੰਘ ਨੇ ਅੱਗੇ ਜਾ ਕੇ ਰਾਏ ਇਕੱਲੇ ਕੋਲ ਜਾਣਾ ਹੈ। ਹੁਣ ਰਾਏ ਇਕੱਲੇ ਕੋਲ ਜਾਣ ਵਾਸਤੇ ਭਾਵ ਉੱਧਰ ਸਹੁਰਾ ਪਰਿਵਾਰ ਸੀ, ਉਹਨੂੰ ਪਤਾ ਸੀ ਰਸਤੇ ਕਿਹੜੇ ਕਿਹੜੇ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਅੱਗੇ ਆਲਮ ਖਾਨ ਨਿਹੰਗ ਖਾਨ ਦਾ ਪੁੱਤਰ ਜਾਂਦਾ ਹੈ, ਉਹ ਰਸਤਾ ਦੱਸ ਕੇ ਆਉਂਦਾ ਹੈ। ਸਤਿਗੁਰੂ ਤੁਰਦੇ ਹੈ। ਦੂਜੇ ਪਾਸੇ ਰੋਪੜ ਦੇ ਫੌਜਦਾਰ ਜ਼ਾਫਰ ਅਲੀ ਖਾਨ ਨੂੰ ਕਿਸੇ ਨੇ ਚੁਗਲੀ ਲਾ ਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨਿਹੰਗ ਖਾਨ ਦੇ ਘਰ ਹੈ। ਜ਼ਾਫਰ ਅਲੀ ਖਾਨ ਜੈ ਅਲੀ ਦੇ ਨਾਅਰੇ ਲਾਉਂਦਾ ਫੌਜ ਲਿਆ ਕੇ ਉਹਨੇ ਆਣ ਹਵੇਲੀ ਨੂੰ ਘੇਰਾ ਪਾਇਆ। ਨਿਹੰਗ ਖਾਨ ਨੂੰ ਕਹਿਣ ਲੱਗਿਆ ਗੁਰੂ ਗੋਬਿੰਦ ਸਿੰਘ ਤੇਰੇ ਘਰ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਜਾ ਚੁੱਕੇ ਸਨ। ਨਿਹੰਗ ਖਾਨ ਕਹਿਣ ਲੱਗਿਆ ਮੇਰੇ ਘਰ ਕੋਈ ਨਹੀਂ ਹੈਗਾ। ਕਹਿੰਦਾ ਤਲਾਸ਼ੀ। ਨਿਹੰਗ ਖਾਨ ਕਹਿੰਦਾ ਤਲਾਸ਼ੀ ਲੈ ਸਕਦਾ। ਉਹਨੇ ਸਾਰੇ ਕਮਰਿਆਂ ਦੀ ਤਲਾਸ਼ੀ ਲਈ। ਇੱਕ ਕਮਰੇ ਦੇ ਵਿੱਚ ਜਿੱਧਰ ਬਾਬਾ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਵਿੱਚ ਪਏ ਸੀ, ਉੱਧਰ ਉਹਨੇ ਆਪਣੀ ਪੁੱਤਰੀ ਮੁਮਤਾਜ਼ ਨੂੰ ਬਿਠਾ ਕੇ ਅਤੇ ਉਸ ਵੇਲੇ ਫੌਜਦਾਰ ਜ਼ਾਫਰ ਅਲੀ ਖਾਨ ਨੂੰ ਕਿਹਾ, ਕਹਿੰਦਾ ਇੱਧਰ ਮੇਰਾ ਦਮਾਦ ਅਤੇ ਮੇਰੀ ਪੁੱਤਰੀ ਹੈ। ਉਹਨੇ ਥੋੜ੍ਹਾ ਜਿਹਾ ਦਰਵਾਜ਼ਾ ਖੋਲ੍ਹ ਕੇ ਦੇਖਿਆ, ਸੱਚਮੁੱਚ ਪੁੱਤਰੀ ਨਜ਼ਰ ਆਈ। ਉਹ ਮਾਫ਼ੀ ਮੰਗ ਕੇ ਚਲਿਆ ਗਿਆ। ਜ਼ਾਫਰ ਅਲੀ ਖਾਨ ਕਹਿਣ ਲੱਗਿਆ ਸਾਨੂੰ ਕਿਸੇ ਨੇ ਗਲਤ ਖਬਰ ਦੇ ਦਿੱਤੀ ਹੋਣੀ, ਇਸ ਕਰਕੇ ਮੈਂ ਮਾਫ਼ੀ ਮੰਗਦਾ। ਚਲਿਆ ਗਿਆ। ਹੁਣ ਬਾਬਾ ਬਚਿੱਤਰ ਸਿੰਘ ਅਗਲੇ ਦਿਨ ਸ਼ਹੀਦ ਹੋ ਗਏ, ਸ਼ਹਾਦਤ ਦਾ ਜਾਮ ਪੀ ਗਏ। ਉਹਨਾਂ ਦਾ ਸੰਸਕਾਰ ਕੀਤਾ ਗਿਆ ਹਵੇਲੀ ਦੇ ਪਿਛਲੇ ਪਾਸੇ। ਸੰਸਕਾਰ ਤੋਂ ਬਾਅਦ ਉੱਥੇ ਉਹਨਾਂ ਦੀ ਯਾਦਗਾਰ ਵੀ ਸਥਾਪਿਤ ਕੀਤੀ। ਅਤੇ ਜਦੋਂ ਮੁਮਤਾਜ਼ ਨੂੰ ਕਿਹਾ ਗਿਆ ਨਾ ਕਿ ਤੇਰਾ ਨਿਕਾਹ ਕਰਨਾ, ਕਿਉਂਕਿ ਉਹਦਾ ਪਹਿਲਾਂ ਹੀ ਰਿਸ਼ਤਾ ਤੈਅ ਹੋਇਆ ਸੀ, ਮੁਮਤਾਜ਼ ਨੂੰ ਕਿਹਾ ਗਿਆ ਤੇਰਾ ਨਿਕਾਹ, ਉਹਨੇ ਹੱਥ ਜੋੜ ਕੇ ਕਿਹਾ ਪਿਤਾ ਜੀ ਮੈਨੂੰ ਮਾਫ਼ ਕਰ ਦਿਓ, ਜੇ ਤੁਸੀਂ ਆਪੇ ਕਿਹਾ ਸੀ ਇਸ ਕਮਰੇ ਦੇ ਅੰਦਰ ਮੇਰਾ ਦਮਾਦ ਅਤੇ ਮੇਰੀ ਬੱਚੀ ਹੈ, ਮੈਂ ਤਾਂ ਉਸੇ ਵੇਲੇ ਬਾਬਾ ਬਚਿੱਤਰ ਸਿੰਘ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਮੱਥਾ ਟੇਕ ਕੇ ਸਵੀਕਾਰ ਕਰ ਲਿਆ ਸੀ। ਹੁਣ ਇੱਕ ਸ਼ਹੀਦ ਦੀ ਪਤਨੀ ਕਿਧਰੇ ਹੋਰ ਨਿਕਾਹ ਨਹੀਂ ਕਰ ਸਕਦੀ। ਇੰਨੀ ਸਿਦਕ ਦੀ ਮੂਰਤ ਨਿਕਲੀ ਬੀਬੀ ਮੁਮਤਾਜ਼। ਰੋਜ਼ ਜਾ ਕੇ ਬਾਬਾ ਬਚਿੱਤਰ ਸਿੰਘ ਦੇ ਪਾਵਨ ਸਥਾਨ ਦੇ ਉੱਪਰ ਜਾ ਕੇ ਨਤਮਸਤਕ ਹੁੰਦੀ ਹੈ, ਦੀਵਾ ਜਗਾਉਂਦੀ ਹੈ, ਉੱਥੇ ਬੈਠ ਕੇ ਪਰਮਾਤਮਾ ਦੀ ਭਗਤੀ ਵਿੱਚ ਜੁੜਦੀ ਹੈ, ਫਿਰ ਕੋਈ ਹੋਰ ਕਾਰਜ ਕਰਦੀ ਹੈ। ਇਤਿਹਾਸ ਕਹਿੰਦਾ ਬੀਬੀ ਮੁਮਤਾਜ਼ ਦੀ ਉਮਰ 131 ਸਾਲ ਹੋਈ। 1820 ਦੇ ਵਿੱਚ ਜਾ ਕੇ ਉਹਨੇ ਚਲਾਣਾ ਕੀਤਾ। ਉਹਨਾਂ ਸਮਾਂ ਉਹ ਨੇਮ ਦੇ ਨਾਲ ਇਹ ਸੇਵਾ ਨਿਭਾਉਂਦੀ ਰਹੀ। ਖਿਮਾ ਕਰੋਗੇ, ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜਦੋਂ ਸ਼ਹੀਦ ਭਾਈ ਸਤਵੰਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ ਉਹਨਾਂ ਦੀ ਮੰਗੇਤਰ ਬੀਬੀ ਸੁਰਿੰਦਰ ਕੌਰ ਕਹਿਣ ਲੱਗੀ, ਹੁਣ ਮੈਂ ਸ਼ਹੀਦ ਦੀ ਪਤਨੀ ਬਣ ਕੇ ਸਮਾਂ ਗੁਜ਼ਾਰਾਂਗੀ, ਹੋਰ ਕਿਧਰੇ ਆਨੰਦ ਕਾਰਜ ਨਹੀਂ ਕਰਾ ਸਕਦੀ। ਬੀਬੀ ਸੁਰਿੰਦਰ ਕੌਰ ਵੀ ਉਹ ਸਿਦਕ ਦੀ ਮੂਰਤ ਨਿਕਲੀ, ਉਹਨੇ ਸਤਵੰਤ ਸਿੰਘ ਦੀ ਪਤਨੀ ਬਣ ਕੇ ਹੀ ਆਪਣੀ ਜ਼ਿੰਦਗੀ ਨੂੰ ਜਿਹੜਾ ਸੀ ਬਤੀਤ ਕੀਤਾ। ਸ਼ਹੀਦ ਦੀ ਪਤਨੀ ਬਣਨਾ ਹੈ। ਬੀਬੀ ਮੁਮਤਾਜ਼ ਵੀ ਸਿਦਕ ਦੀ ਮੂਰਤ ਨਿਕਲੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਤ ਪੋਹ ਦੀ ਸ਼ਾਮ ਨੂੰ ਚਮਕੌਰ ਦੀ ਗੜੀ ਅੰਦਰ ਆ ਜਾਂਦੇ। ਬੁੱਧੀ ਚੰਦ ਰਾਵਤ ਦੀ ਇਹ ਹਵੇਲੀ ਹੈ। ਬੁੱਧੀ ਚੰਦ ਰਾਵਤ ਨੇ ਕਿਹਾ ਮਹਾਰਾਜ ਤੁਸੀਂ ਆਣ ਕੇ ਪਧਾਰੋ। ਹਾਲਾਂਕਿ ਕਿਹਾ ਜਾਂਦਾ ਕਿ ਦੂਸਰੇ ਭਰਾ ਨੇ ਕਿਹਾ ਵੀ ਨਹੀਂ। ਬੁੱਧੀ ਚੰਦ ਰਾਵਤ ਕਹਿਣ ਲੱਗੇ ਸਾਰੀ ਇਹਦੀ ਥੋੜ੍ਹੀ ਹੈ, ਤੁਸੀਂ ਬੈਠੋ ਮਹਾਰਾਜ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਅੰਦਰ ਆਉਂਦੇ।
ਗੁਰੂ ਕੇ ਸਿੱਖਾਂ ਨੂੰ ਪਿੱਛੇ ਨੇ ਗੁਰੂ ਕੇ ਸਿੱਖਾਂ ਨੇ ਪਿੱਛੇ ਨੂੰ ਭੌਂ ਕੇ ਵੇਖਿਆ। ਮਿਰਜ਼ਾ ਲਾਜ਼ਾਰ ਖਾਂ ਜੋਗੀ ਕਹਿੰਦਾ ਏ, ਸਿੱਖਾਂ ਦੇ ਨਜ਼ਰ ਪਿਆ ਸਰਸਾ ਦੇ ਕੰਢੇ ਦੇ ਉੱਪਰ, ਹੋਇਆ ਜੰਗ। ਸਰਸਾ ਦੇ ਵਿੱਚ ਡੁੱਬੇ ਹੋਏ ਪਿਆਰੇ ਗੁਰੂ ਕੇ ਸਿੱਖ, ਦੂਰ ਸੇ ਸਰਸਾ ਕੇ ਕਿਨਾਰੇ ਨਜ਼ਰ ਆਏ, ਦਰਿਆ ਮੇਂ ਡੁੱਬੇ ਹੋਏ ਪਿਆਰੇ ਨਜ਼ਰ ਆਏ, ਯੂੰ ਬਿਖੜੇ ਹੋਏ ਸਾਰੇ ਨਜ਼ਰ ਆਏ। ਦੇਖਿਆ ਕਿੱਥੇ ਪਰਿਵਾਰ ਖੇਰੂੰ ਖੇਰੂੰ ਹੋ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਖੰਜਰ ਕੱਢਿਆ, ਖੰਜਰ ਦੇ ਨਾਲ ਗੜੀ ਦੀ ਮਿੱਟੀ ਨੂੰ ਭੋਰ ਕੇ ਮਹਾਰਾਜ ਨੇ ਹਵਾ ਦੇ ਵਿੱਚ ਉਡਾਇਆ। ਸਿੱਖ ਕਹਿਣ ਲੱਗੇ, ਮਹਾਰਾਜ ਇਹ ਕੀ ਕਰ ਰਹੇ ਹੋ? ਸਤਿਗੁਰੂ ਕਹਿਣ ਲੱਗੇ, ਗੜੀ ਨੂੰ ਸਲਾਮੀ ਦੇ ਰਿਹਾ ਹੈ। ਸਿੱਖ ਕਹਿੰਦੇ, ਮਹਾਰਾਜ ਸਲਾਮੀ ਕਿਉਂ? ਪਾਤਸ਼ਾਹ ਕਹਿਣ ਲੱਗੇ, ਜਿਸ ਖਿੱਤੇ ਮੇਂ ਹਮ ਕਹਿਤੇ ਥੇ ਜਾਣਾ ਜੇ ਵੋਹੀ ਹੈ, ਜਿਸ ਜਾਂ ਸੇ ਲੂਟ ਕੇ ਹਮ ਜਾਣਾ ਜੇ ਵੋਹੀ ਹੈ, ਜਿਸ ਜਾਂ ਪੇ ਬੱਚੋ ਕੋ ਕਟਾਣਾ ਜੇ ਵੋਹੀ ਹੈ। ਮੈਂ ਇਸੇ ਕਰਕੇ ਆਪਣੇ ਜੀਤ ਆਪਣੇ ਜੁਝਾਰ ਨੂੰ ਪਾਲ ਕੇ ਵੱਡਿਆ ਕੀਤਾ ਹੈ, ਇਸ ਟਿਕਾਣੇ 'ਤੇ ਆਉਣਾ ਸੀ, ਇਸੇ ਕਰਕੇ ਸਿੱਖੋ ਇਸ ਮੰਜ਼ਿਲ 'ਤੇ ਪਹੁੰਚਣਾ ਸੀ। ਸਤਿਗੁਰੂ ਕਹਿੰਦੇ, ਅੱਜ ਉਸ ਮੰਜ਼ਿਲ 'ਤੇ ਪਹੁੰਚ ਗਏ ਹਾਂ। ਸਿੱਖ ਥੱਕੇ ਹੋਏ ਸਨ, ਲੜ ਲੜ ਕੇ ਹੱਥਾਂ ਦੇ ਵਿੱਚ ਛਾਲੇ ਹੋ ਗਏ, ਪੈਰਾਂ 'ਚ ਛਾਲੇ ਹੋ ਗਏ, ਤੁਰ ਤੁਰ ਕੇ ਬਸਤਰ ਵੀ ਜਿਹੜੇ ਭਿੱਜੇ ਹੋਏ ਸਨ, ਅਤੇ ਜਿਹੜਾ ਕੱਪੜਾ ਘੋੜਿਆਂ ਦੀਆਂ ਕਾਠੀਆਂ 'ਤੇ ਪਾਇਆ ਜਾਂਦਾ ਨਾ, ਉਹ ਘੋੜਿਆਂ ਦੀਆਂ ਕਾਠੀਆਂ ਤੋਂ ਕੱਪੜੇ ਲਾ ਕੇ ਸਿੱਖਾਂ ਨੇ ਥੱਲੇ ਵਿਛਾਲੇ, ਉਹਨਾਂ ਦੇ ਉੱਪਰ ਲੇਟ ਗਏ ਭੁੱਖੇ ਭਾਣੇ ਸਿੱਖ। ਮਿਰਜ਼ਾ ਲਾਜ਼ਾਰ ਖਾਂ ਜੋਗੀ ਲਿਖਦਾ, ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਵਿਛਾਕਰ। ਜੀ ਪੋਸ਼ ਕਹਿੰਦੇ ਘੋੜਿਆਂ ਦੇ ਥੱਲੇ ਵਿਛਾਉਣ ਵਾਲਾ ਕੱਪੜਾ, ਕਾਠੀ ਦੇ ਥੱਲੇ ਸਿੱਖ ਉਹ ਵਿਛਾ ਕੇ ਉਹਨਾਂ ਦੇ ਉੱਪਰ ਲੇਟ ਗਏ। ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਵਿਛਾਕਰ, ਪੈਰਾ ਲਗਾ ਦੇਣੇ ਕੋਈ ਤਲਵਾਰ ਏ ਉਠਾ ਕਰ। ਭਾਈ ਕਾਠਾ ਸਿੰਘ ਅਤੇ ਭਾਈ ਮਦਨ ਸਿੰਘ ਪਹਿਰਾ ਦੇਣ ਲੱਗੇ, ਉਹ ਪਹਿਰੇਦਾਰੀ ਕਰਨ ਲੱਗੇ। ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਵਿਛਾਕਰ, ਪੈਰਾ ਲਗਾ ਦੇਣੇ ਕੋਈ ਤਲਵਾਰ ਏ ਉਠਾ ਕਰ, ਗੋਬਿੰਦ ਵੀ ਛਬਬਾਚ ਹੋਏ ਖੇਮੇ ਮੇਂ ਜਾਕਰ। ਸਤਿਗੁਰੂ ਉੱਪਰ ਮਾਉਂਟੀ ਸੀ, ਉੱਥੇ ਜਾ ਕੇ ਮਹਾਰਾਜ ਬੈਠ ਗਏ। ਪਾਤਸ਼ਾਹ ਨੇ ਆਪਣਾ ਸਿਰ ਆਪਣੇ ਗੋਡਿਆਂ ਦੇ ਉੱਪਰ ਰੱਖਿਆ ਹੋਇਆ ਹੈ। ਜੇ ਕੋਈ ਦੁਨੀਆਂ ਦਾ ਬੰਦਾ ਵੇਖੇ ਤਾਂ ਉਹ ਕਹੇਗਾ ਅਫਸੋਸ ਕਰਦੇ ਹੋਣੇ ਹੈ, ਪਰ ਸਤਿਗੁਰੂ ਅਫਸੋਸ ਨਹੀਂ ਕਰਦੇ। ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ, ਹੈ ਤੂੰ ਹੀ ਤੂੰ, ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ। ਸਤਿਗੁਰੂ ਉੱਥੇ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਦੇ ਹੈ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹੈ। ਜਬ ਡੇਢ ਗੜੀ ਗਈ ਜ਼ਿਕਰੇ ਖੁਦਾ ਮੇਂ, ਜਦੋਂ ਡੇਢ ਕੁ ਘੜੀ ਦਾ ਸਮਾਂ ਬਤੀਤ ਹੋ ਗਿਆ ਨਾ, ਰਾਤ ਬਤੀਤ ਹੋ ਗਈ, ਫਿਰ ਸਤਿਗੁਰੂ ਉੱਠੇ ਉਸ ਮੌਂਟੀ ਦੇ ਵਿੱਚੋਂ ਅਤੇ ਟਹਿਲਦੇ ਫਿਰਦੇ ਹਵਾ ਦੇ ਵਿੱਚ, ਅਤੇ ਕੀ ਕਹਿੰਦੇ ਨੇ ਸਤਿਗੁਰੂ? ਮਹਾਰਾਜ ਕਹਿੰਦੇ, ਜਬ ਡੇਢ ਗੜੀ ਗਈ ਜ਼ਿਕਰੇ ਖੁਦਾ ਮੇਂ, ਖੇਮੇ ਸੇ ਨਿਕਲ ਆਏ ਸਰਕਾਰ ਹਵਾ ਮੇਂ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦਵਾ ਮੇਂ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇਂ। ਕਰਤਾਰ ਸੇ ਕਹਿਤੇ ਥੇ ਗੋਇਆ ਰੂਬਰੂ ਹੋ ਕਰ, ਕੱਲ ਜਾਊਂਗਾ ਚਮਕੌਰ ਸੇ ਸੁਰਖਰੂ ਹੋ ਕਰ। ਮਹਾਰਾਜ ਕਹਿੰਦੇ, ਰੱਬ ਜੀ ਮੈਂ ਇੱਥੇ ਵੀ ਖੁਸ਼ ਹਾਂ, ਕਦੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਅੱਤ ਦੇ ਸੁੱਖ ਸਿੱਖ ਸੇਵਾਦਾਰ ਉੱਥੇ ਸੁਖੀ ਸੀ, ਅੱਜ ਮੈਂ ਇੱਥੇ ਵੀ ਖੁਸ਼ ਹਾਂ। ਗੁਰੂ ਗੋਬਿੰਦ ਸਿੰਘ ਇੱਕ ਗੱਲ ਕਹਿੰਦੇ, ਰੱਬ ਜੀ ਜਦੋਂ ਆਨੰਦਪੁਰ ਸਾਹਿਬ ਤੋਂ ਤੁਰਿਆ ਸੀ, ਮੇਰੇ ਕੋਲ ਮੇਰੇ ਚਾਰ ਪੁੱਤਰ ਸੀ, ਅੱਜ ਚਮਕੌਰ ਦੀ ਗੜੀ ਵਿੱਚ ਹਾਂ, ਮੇਰੇ ਕੋਲ ਮੇਰੇ ਦੋ ਪੁੱਤਰ ਹੈ,
ਕੱਲ ਨੂੰ ਚਮਕੌਰ ਛੱਡ ਕੇ ਜਾਣਾ, ਇਹ ਵੀ ਦੋ ਨਹੀਂ ਹੋਣਗੇ। ਜਦੋਂ ਚਾਰ ਸੀ ਮੈਂ ਉਦੋਂ ਵੀ ਸ਼ੁਕਰ ਕਰਦਾ ਸੀ, ਅੱਜ ਦੋ ਨੇ ਅੱਜ ਵੀ ਸ਼ੁਕਰ ਕਰਦਾ ਹੈ, ਕੱਲ ਨੂੰ ਦੋਵਾਂ 'ਚੋਂ ਕੋਈ ਨਹੀਂ ਹੋਏਗਾ ਮੈਂ ਤਾਂ ਵੀ ਸ਼ੁਕਰ ਕਰਾਂਗਾ। ਥੇ ਚਾਰ ਹੋ ਅਬ ਦੋ ਹੀ ਸਾਹਿਰ, ਜੇ ਵੀ ਨਹੀਂ ਹੋਗੇ ਹਮ ਜੋ ਸਬਰ ਕਰੇਂਗੇ, ਅਗਰ ਜੋ ਇਹ ਵੀ ਨਹੀਂ ਹੋਗੇ ਮੈਂ ਤਾਂ ਵੀ ਸ਼ੁਕਰਾਨਾ ਕਰਾਂਗਾ ਤੇਰਾ। ਮਹਾਰਾਜ ਟਹਿਲਦੇ ਪਏ ਨੇ, ਟਹਿਲਦਿਆਂ ਟਹਿਲਦਿਆਂ ਸਤਿਗੁਰੂ ਕੀ ਵੇਖਦੇ ਹੈ, ਗੁਰੂ ਕੇ ਸਿੱਖ ਸੁੱਤੇ ਹੋਏ ਨਜ਼ਰ ਆਏ। ਮਹਾਰਾਜ ਨੇ ਦੇਖਿਆ ਕਿ ਇਸ ਮੇਰੇ ਖਾਲਸੇ ਨੇ, ਇਹ ਮੇਰੇ ਜਾਨਾਂ ਤੋਂ ਪਿਆਰੇ ਸਿੰਘਾਂ ਨੇ ਕੱਲ ਨੂੰ ਰਣ ਤੱਤੇ ਵਿੱਚ ਜੂਝ ਕੇ ਸ਼ਹਾਦਤਾਂ ਦੇ ਜਾਮ ਪੀਣੇ ਹੈ। ਜਿਨ ਸਿੰਘੋਂ ਨੇ ਕੱਲ ਮੌਤ ਕੇ ਸਾਹਿਲ ਥਾ ਉਤਰਨਾ, ਜਿਨ ਖਾਲਸੋ ਨੇ ਜੰਗ ਮੇ ਥਾ ਮਰਨਾ, ਮੁਸ਼ਕਲ ਹੁਆ ਜਾ ਸੇ ਕਦਮ ਆਗੇ ਕੋ ਧਰਨਾ, ਚੂਮਾ ਹਲਕੂਲ ਦਹਿਨ ਚੂਮਣੇ ਬੈਠੇ, ਜਬ 35 ਆਏ ਤੋ ਚਰਨ ਚੂਮਣੇ ਬੈਠੇ। ਸਤਿਗੁਰੂ ਨੇ ਦੇਖਿਆ ਇਹਨਾਂ ਸਿੱਖਾਂ ਨੇ ਕੱਲ ਸ਼ਹੀਦ ਹੋ ਜਾਣਾ ਹੈ। ਮਹਾਰਾਜ ਆਪਣੇ ਸਿੱਖਾਂ ਦੇ ਹੱਥ ਵੇਖਦੇ ਛਾਲੇ ਪਏ ਲੜ ਲੜ ਕੇ, ਸਤਿਗੁਰੂ ਉਹਨਾਂ ਦੇ ਹੱਥ ਚੁੰਮਦੇ, ਉਹਨਾਂ ਦੀਆਂ ਗਰਦਨਾਂ ਚੁੰਮਦੇ, ਤੇ ਜੋਗੀ ਦੇ ਮਨ ਦੀ ਭਾਵਨਾ ਹੈ, ਉਹ ਕਹਿੰਦੇ ਕਿ ਜਦੋਂ ਸਤਿਗੁਰੂ ਚਰਨਾਂ ਵਾਲੇ ਪਾਸੇ ਆਏ ਆਪਣੇ ਸਿੱਖਾਂ ਦੇ ਕਦਮ ਵੀ ਚੁੰਮਦੇ ਪਏ ਨੇ। ਮਹਾਰਾਜ ਦੇਖਦੇ ਸਿੱਖਾਂ ਦੀਆਂ ਦਸਤਾਰਾਂ ਢਿੱਲੀਆਂ ਹੋ ਗਈਆਂ ਤੇ ਗੁਰਦੇਵ ਉਹਨਾਂ ਦੀਆਂ ਦਸਤਾਰਾਂ ਠੀਕ ਕਰਦੇ ਨੇ, ਤੇ ਸਤਿਗੁਰੂ ਨੇ ਸਾਫੇ ਕਵੀ ਸਿੰਘੋਂ ਕੇ ਉਠਾਤੇ ਥੇ ਜਮੀਰ ਸੇ, ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀ ਸੇ, ਹਾਸ਼ਾ ਕਿਸੀ ਮੁਰਸ਼ਦ ਮੈਂ ਇਸਾਰ ਨਹੀਂ ਹੈ, ਜੇ ਪਿਆਰ ਕਿਸੀ ਪੀਰ ਮੈਂ ਜ਼ਿਨਹਾਰ ਨਹੀਂ ਹੈ। ਜੋਗੀ ਕਹਿਣ ਲੱਗਿਆ ਇੱਦਾਂ ਦਾ ਪਿਆਰ ਕਿਸੇ ਪੈਗੰਬਰ ਅਵਤਾਰ ਦੇ ਵਿੱਚ ਨਹੀਂ ਹੋ ਸਕਦਾ, ਕਿ ਸੱਚ ਇਹ ਜਿਹੜਾ ਆਪਣੇ ਸਿੱਖਾਂ ਨੂੰ ਇੰਨਾ ਪਿਆਰ ਕਰਦਾ ਹੋਵੇ, ਇੱਦਾਂ ਦਾ ਪੈਗੰਬਰ ਕੋਈ ਨਹੀਂ ਹੋ ਸਕਦਾ। ਸਤਿਗੁਰੂ ਨੇ ਦੇਖਿਆ ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਪਹਿਰੇਦਾਰੀ ਕਰਦੇ ਪਏ। ਮਹਾਰਾਜ ਕਹਿਣ ਲੱਗੇ ਕੋਠਾ ਸਿਆਂ ਜਾਓ ਤੁਸੀਂ ਜਾ ਕੇ ਆਰਾਮ ਕਰੋ, ਗੁਰੂ ਗੋਬਿੰਦ ਸਿੰਘ ਅੱਜ ਤੁਹਾਡੀ ਪਹਿਰੇਦਾਰੀ ਕਰੇਗਾ। ਉਹਨਾਂ ਹੱਥ ਜੋੜ ਕੇ ਕਿਹਾ ਨਹੀਂ ਦਾਤਾ, ਤੁਸੀਂ ਵਿਸ਼ਰਾਮ ਕਰੋ, ਅਸੀਂ ਪਹਿਰੇਦਾਰੀ ਕਰਾਂਗੇ। ਮਹਾਰਾਜ ਕਹਿੰਦੇ ਗੋਬਿੰਦ ਸਿੰਘ ਦਾ ਹੁਕਮ ਹੈ, ਅੱਜ ਤੁਸੀਂ ਆਰਾਮ ਕਰੋ, ਅੱਜ ਖਾਲਸੇ ਦੇ ਨਾਲ ਆਖਰੀ ਰਾਤ ਤੇ ਗੁਰੂ ਗੋਬਿੰਦ ਸਿੰਘ ਪਹਿਰੇਦਾਰੀ ਕਰੇਗਾ। ਹਕੀਕਤ ਇਹ ਸੀ ਸਾਰੇ ਸਿੱਖ ਸੁੱਤੇ ਹੋਏ ਸੀ, ਤੇ ਜੇ ਕੋਈ ਜਾਗਦਾ ਹੈ ਉਹ ਕੌਮ ਦਾ ਮਾਲਕ, ਕੌਮ ਦਾ ਵਾਲੀ ਗੁਰੂ ਗੋਬਿੰਦ ਸਿੰਘ ਪਹਿਰੇਦਾਰੀ ਕਰ ਰਿਹਾ ਸੀ। ਸਤਿਗੁਰੂ ਇੱਕ ਗੱਲ ਦਰਸਾਉਣਾ ਚਾਹੁੰਦੇ ਸੀ, ਜੇ ਸਾਰੀ ਕੌਮ ਵੀ ਸੌਂ ਜੇ, ਕੌਮ ਦੇ ਆਗੂ ਨੂੰ ਜਾਗਣਾ ਚਾਹੀਦਾ ਹੈ, ਤੇ ਮੈਨੂੰ ਖਿਮਾ ਕਰ ਦਿਓ, ਜਿੱਥੇ ਕੌਮ ਵੀ ਸੁੱਤੀ ਹੋਵੇ, ਕੌਮ ਦੇ ਆਗੂ ਵੀ ਸੁੱਤੇ ਹੋਣ, ਉਸ ਕੌਮ ਨੂੰ ਬਚਾ ਕੌਣ ਸਕਦਾ ਹੈ, ਉਹਨੂੰ ਕੋਈ ਬਚਾ ਸਕਦਾ ਹੈ? ਅੱਜ ਕੌਮ ਸੁੱਤੀ, ਕੌਮ ਦੇ ਆਗੂ ਸੁੱਤੇ, ਆਗੂ ਤੋਂ ਵਿਹੋਣੀ ਕੌਮ, ਕੌਣ ਬਚਾਵੇ ਇਸ ਕੌਮ ਨੂੰ? ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਰਾਤ ਪਹਿਰੇਦਾਰੀ ਕਰਦੇ, ਸਾਰੀ ਰਾਤ ਬਤੀਤ ਹੋਈ ਹੈ, ਦਿਨ ਚੜਿਆ ਹੈ। ਸਤਿਗੁਰੂ ਨੇ ਜਦੋਂ ਬਾਹਰ ਵਾਲੇ ਪਾਸੇ ਨੂੰ ਤੱਕਿਆ ਕੀ ਨਜ਼ਰ ਪਿਆ, 10 ਲੱਖ ਵੈਰੀ ਚਮਕੌਰ ਦੀ ਗੜੀ ਨੂੰ ਘੇਰਾ ਪਾ ਕੇ ਬੈਠਾ ਹੋਇਆ ਹੈ। ਇਹਦੀ ਗਿਣਤੀ ਕੋਈ ਬੰਦਾ ਕਰੇ ਤੇ ਕਰੇ, ਸਤਿਗੁਰੂ ਖੁਦ ਕਰਦੇ ਨੇ। ਜ਼ਫਰਨਾਮੇ ਵਿੱਚ ਮਹਾਰਾਜ ਨੇ ਲਿਖਿਆ, ਗੁਰਸਨਾਹ ਚ ਕਾਰੇ ਕੁਨੰਦ ਚੇਹਲ ਨਰ ਕੇ ਦੇ ਲੱਖ ਬਰਾਇਦ ਬਰੂ ਬੇਖਬਰ। ਮਹਾਰਾਜ ਕਹਿੰਦੇ 40 ਭੁੱਖੇ ਸ਼ੇਰਾਂ ਨੂੰ ਫੜਨ ਵਾਸਤੇ 10 ਲੱਖ ਘੇਰਾ ਪਾ ਕੇ ਬੈਠਾ ਹੋਇਆ ਹੈ। ਸਤਿਗੁਰੂ ਨੇ ਹੁਕਮ ਕੀਤਾ ਸਿੱਖਾਂ ਨੂੰ, 8-8 ਸਿੱਖਾਂ ਨੂੰ ਇੱਕ ਇੱਕ ਪਾਸੇ ਸਤਿਗੁਰੂ ਨੇ ਤੈਨਾਤ ਕਰਤਾ, ਚੌਹਾਂ ਪਾਸਿਆਂ ਦੇ ਉੱਪਰ
ਜਿਹੜਾ ਸੀ ਸਿੱਖ ਜਿਹੜੇ ਤੈਨਾਤ ਕੀਤੇ ਗਏ, ਉਹਨਾਂ ਨੂੰ ਤੀਰ ਕਮਾਨ ਤੀਰ ਦਿੱਤੇ ਗਏ। ਮਹਾਰਾਜ ਕਹਿਣ ਲੱਗੇ ਜਿਹੜਾ ਗੜੀ ਵਾਲੇ ਪਾਸੇ ਨੂੰ ਵਧਣ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਤੀਰਾਂ ਦੇ ਨਾਲ ਵਿੰਨ ਕੇ ਰੱਖ ਦਿਓ, ਕਿਸੇ ਦੀ ਹਿੰਮਤ ਨਹੀਂ ਪੈਂਦੀ ਪਈ ਕੋਈ ਗੜੀ ਦੇ ਨੇੜੇ ਆ ਸਕੇ। ਸੂਬਾ ਸਰਹੰਦ ਵਜ਼ੀਰ ਖਾਂ ਤੜਫ ਉੱਠਿਆ, ਕਹਿਣ ਲੱਗਿਆ ਜਿੰਨੀ ਫੌਜ ਹੈ ਨਾ, ਜੇ ਇੱਕ ਇੱਕ ਮੁੱਠ ਭਰ ਕੇ ਮਿੱਟੀ ਦੀ ਗੜੀ ਵਾਲੇ ਪਾਸੇ ਨੂੰ ਸੁੱਟੇ ਤਾਂ ਸਾਰੀ ਗੜੀ ਪੂਰੀ ਜਾ ਸਕਦੀ ਹੈ, ਤੁਸੀਂ ਕਰਦੇ ਕਿਉਂ ਨਹੀਂ ਕੁਝ? ਆਓ ਸਾਹਮਣੇ ਗੁਰੂ ਗੋਬਿੰਦ ਸਿੰਘ ਤੇ ਮੁੱਠੀ ਭਰ ਸਿੱਖ ਹੈ, ਉਹਨਾਂ ਨੂੰ ਜੀਂਦੇ ਜਾਂ ਮੁਰਦੇ ਫੜ ਕੇ ਲਿਆਓ। ਸਾਰਿਆਂ ਤੋਂ ਪਹਿਲਾਂ ਮਲੇਰ ਕੋਟਲੇ ਵਾਲੇ ਪਠਾਨ ਉਹ ਅੱਗੇ ਵੱਧਦੇ ਆ, ਸਾਰਿਆਂ ਤੋਂ ਅੱਗੇ ਨਾਰ ਖਾਂ ਲੱਗਦਾ ਹੈ। ਇਹ ਨਾਰ ਖਾਂ ਉਹੀ ਹੈ ਜਿਹੜੇ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ, ਉਹਦਾ ਵੱਡਾ ਭਰਾ ਹੈ। ਕੱਲ੍ਹ ਨੂੰ ਸ਼ੇਰ ਮੁਹੰਮਦ ਖਾਂ ਦੀ ਗੱਲ ਆਏਗੀ। ਨਾਰ ਖਾਂ ਸਭ ਤੋਂ ਅੱਗੇ ਹੋਇਆ, ਉਹ ਕਹਿਣ ਲੱਗਿਆ ਪੌੜੀ ਲਾ ਕੇ ਚੜਾਂਗਾ, ਤੁਸੀਂ ਸਾਰੇ ਮਗਰ ਆ ਜਿਓ, ਹੱਥੋਂ ਹੱਥੀ ਸਿੱਖਾਂ ਨੂੰ ਫੜ ਲਵਾਂਗੇ। ਨਾਰ ਖਾਨ ਨੇ ਪੌੜੀ ਲਾਈ ਹੈ, ਇੱਕ ਇੱਕ ਕਦਮ ਪੁੱਟਦਾ ਪੁੱਟਦਾ ਜਦੋਂ ਇਹਨੇ ਆਪਣਾ ਸਿਰ ਗੜੀ ਤੋਂ ਉੱਚਾ ਚੁੱਕਿਆ, ਸਾਹਮਣੇ ਬੈਠੇ ਦਸ਼ਮੇਸ਼ ਪਿਤਾ ਨੇ ਇੱਕ ਗੱਲ ਕਹੀ, ਨਾਰ ਖਾਂ ਸ਼ੇਰ ਦੇ ਘਰ ਵਿੱਚ ਇੱਦਾਂ ਨਹੀਂ ਆਈਦਾ। ਮਹਾਰਾਜ ਨੇ ਇੱਕ ਤੀਰ ਮਾਰਿਆ, ਮੱਥੇ ਦੇ ਵਿੱਚ ਆਣ ਕੇ ਵੱਜਾ, ਨਾਰ ਖਾਂ ਇੱਦਾਂ ਭਵੰਟ ਨਹੀਂ ਖਾ ਕੇ ਪੌੜੀ ਤੋਂ ਥੱਲੇ ਡਿੱਗਾ ਜਿਵੇਂ ਦਰਖਤ ਦੇ ਨਾਲ ਟਾਣਾ ਕੱਟ ਕੇ ਥੱਲੇ ਸੁੱਟ ਦੀਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਵਿੱਚ ਜ਼ਿਕਰ ਕਰਦਿਆਂ ਕਿਹਾ, ਔਰੰਗਜ਼ੇਬ ਤੇਰਾ ਪਹਿਲਾ ਜਰਨੈਲ ਆਇਆ, ਚੌਦੀਦਮ ਕੇ ਨਾਹਰ ਬਜ਼ਾਦੰਗ ਬਜੰਗ ਚੇ ਸ਼ੀਦੈ ਯੱਕੈ ਤੀਰ ਮਨ ਬੇਦਰੰਗ। ਮਹਾਰਾਜ ਕਹਿੰਦੇ ਇੱਕੋ ਤੀਰ ਮਾਰਿਆ, ਉਹ ਮੌਤ ਦੇ ਘਾਟ ਉਤਾਰ ਦਿੱਤਾ। ਦੂਜੇ ਨੰਬਰ 'ਤੇ ਗਣੀ ਖਾਂ ਚੜਿਆ, ਸਤਿਗੁਰੂ ਨੇ ਗੁਰਜ ਮਾਰ ਕੇ ਉਹਦਾ ਸਿਰ ਫੇਰ ਦਿੱਤਾ। ਹੁਣ ਤੀਸਰੇ ਨੰਬਰ ਦੇ ਉੱਪਰ ਖਵਾਜ਼ਾ ਮਹਿਦੂਦ ਅਲੀ, ਹੁਣ ਡਰਦਾ ਹੋਇਆ ਤਾਂ ਨਹੀਂ ਚੜ੍ਹਦਾ, ਅਤੇ ਨਾਲ ਦੇ ਸਾਥੀਆਂ ਨੇ ਆਖਿਆ ਘਰੋਂ ਤੁਰਨ ਲੱਗਾ ਅਤੇ ਬੜੀਆਂ ਟਾਰਾਂ ਮਾਰਦਾ ਸੀ, ਮੈਂ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਲਿਆਵਾਂਗਾ, ਪਰ ਮਹਾਰਾਜ ਦੇ ਤੀਰਾਂ ਤੋਂ ਡਰਦਾ ਹੋਇਆ ਦੀਵਾਰ ਦੇ ਓਹਲੇ ਲੁੱਕ ਗਿਆ। ਗੁਰਦੇਵ ਨੇ ਉਹਦਾ ਜ਼ਿਕਰ ਕਰਦਿਆਂ ਕਿਹਾ, ਔਰੰਗਜ਼ੇਬ ਤੇਰਾ ਤੀਜਾ ਜਰਨੈਲ ਮਰਦੂਦ ਨਿਕਲਿਆ, ਪਵ ਮਰਦ ਨਹੀਂ ਰਿਹਾ, ਕਾਇਰ ਬਣ ਗਿਆ, ਦੀਵਾਰ ਦੇ ਓਹਲੇ ਲੁੱਕ ਗਿਆ। ਕਿ ਆ ਖਵਾਜ਼ਾ ਮਹਿਦੂਦ, ਸਾਇਆਂ ਦੀਵਾਰ, ਨਿਜ਼ਾਮਦ ਬਾ ਮੈਦਾ ਬਾ ਮਰਦਾਨੇ ਵਾਰ, ਮਰਦਾਂ ਦੀ ਤਰ੍ਹਾਂ ਮੇਰੇ ਸਾਹਮਣੇ ਨਹੀਂ ਆਇਆ। ਗੁਰੂ ਗੋਬਿੰਦ ਸਿੰਘ ਦੇ ਸਾਰੇ ਜੀਵਨ ਵਿੱਚ ਕਦੇ ਅਫਸੋਸ ਸ਼ਬਦ ਨਹੀਂ ਆਇਆ, ਪਰ ਮਹਾਰਾਜ ਕਹਿੰਦੇ ਔਰੰਗਜ਼ੇਬ ਅਫਸੋਸ, ਜੇ ਤੇਰਾ ਤੀਸਰਾ ਜਰਨੈਲ ਮੇਰੇ ਸਾਹਮਣੇ ਆਉਂਦਾ ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦੇਣਾ ਸੀ। ਦਰੇਗਾ, ਦਰੇਗਾ ਦਾ ਭਾਵ ਅਫਸੋਸ, ਦਰੇਗਾ ਅਗਰ ਰੂਏ ਉਹ ਦੀਦ ਮੈਂ ਬਾ ਯੱਕ ਤੀਰ ਲਾਚਾਰ ਬਖਸ਼ੀਦ ਮੈਂ। ਮਹਾਰਾਜ ਕਹਿੰਦੇ ਇੱਕ ਤੀਰ ਮੈਂ ਉਹਨੂੰ ਵੀ ਬਖਸ਼ਿਸ਼ ਕਰ ਦਿੰਦਾ। ਹੁਣ ਦੇਖਿਆ ਪੌੜੀ ਦੇ ਉੱਪਰ ਚੜ੍ਹਨ ਦੀ ਕੋਈ ਹਿੰਮਤ ਨਹੀਂ ਕਰਦਾ, ਨੇੜੇ ਗੜੀ ਦੇ ਕੋਈ ਆ ਨਹੀਂ ਸਕਦਾ, ਸਤਿਗੁਰੂ ਦੇ ਕੋਲ ਵੀ ਅੰਦਰ ਕਿੰਨੇ ਕੁ ਤੀਰ ਸੀ, ਸਹਿਜੇ ਸਹਿਜੇ ਤੀਰ ਜਿਹੜੇ ਸੀ ਉਹ ਮੁੱਕਣੇ ਜਿਹੜੇ ਸੀ ਉਹ ਖਤਮ ਹੋਣੇ ਸ਼ੁਰੂ ਹੋ ਗਏ। ਮਹਾਰਾਜ ਨੇ ਫੈਸਲਾ ਕੀਤਾ, ਸਤਿਗੁਰੂ ਨੇ ਕਿਹਾ ਪੰਜ ਪੰਜ ਸਿੱਖਾਂ ਦਾ ਜਥਾ ਗੜੀ ਤੋਂ ਬਾਹਰ ਜਾਏਗਾ, ਦੁਸ਼ਮਣਾਂ ਦੇ ਨਾਲ ਲੜ ਕੇ ਸ਼ਹਾਦਤ ਦਾ ਜਾਮ ਪੀ ਜਾਏਗਾ। ਸਾਰਿਆਂ ਤੋਂ ਪਹਿਲਾਂ ਭਾਈ ਹਿੰਮਤ ਸਿੰਘ ਦੀ ਅਗਵਾਈ ਦੇ ਹੇਠ ਪੰਜ ਸਿੱਖਾਂ ਦਾ ਜਥਾ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਨਿਕਲਿਆ। ਉਹ ਲੱਖਾਂ ਦੁਸ਼ਮਣਾਂ ਦੇ ਨਾਲ ਜੂਝਦਾ ਜੂਝਦਾ, ਕਈਆਂ ਨੂੰ ਮੌਤ ਦੇ ਘਾਟ ਉਤਾਰਦਾ ਹੋਇਆ, ਕਈ ਜ਼ਖਮ ਸਹਿਣ ਕਰਦਾ ਹੋਇਆ, ਉਹ ਸਿੱਖਾਂ ਦਾ ਜਥਾ ਸ਼ਹਾਦਤ ਦਾ ਜਾਮ ਪੀ ਗਿਆ। ਇਤਿਹਾਸ ਕਹਿੰਦਾ ਲੜਦਿਆਂ ਲੜਦਿਆਂ 17 ਸਿੱਖ ਸ਼ਹੀਦ ਹੋ ਚੁੱਕੇ ਹੈ।
17 ਸਿੱਖਾਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਆਣ ਕੇ ਹੱਥ ਜੋੜ ਕੇ ਇੱਕ ਗੱਲ ਕਹਿੰਦੇ ਨੇ। ਹੱਥ ਬੰਨ ਕਹਿੰਦਾ, ਪਿਤਾ ਜੀ ਮੈਂ ਫਤਿਹ ਬੁਲਾਵਾਂ, ਦਿਓ ਆ ਗਿਆ ਸਤਿਗੁਰੂ ਰਣ ਅੰਦਰ ਜਾਵਾਂ, ਜੋ ਉੱਠੀਆਂ ਆਣ ਹਜ਼ੂਰ ਤੇ ਉਹ ਭੰਨਾ ਬਾਹਵਾਂ, ਮੈਂ ਧੁਨਖੋਂ ਛੋਡਾਂ ਅਗਨ ਬਾਣ, ਅੱਗ ਝੱਲੀ ਲਾਵਾਂ, ਮੈਂ ਪਾਲਾਂ ਗੱਲ ਅੱਜ ਨਾਮ ਦੀ ਨਾ ਜਿੱਤਿਆ ਜਾਵਾਂ, ਉਜਲਾ ਕਰਨਾ ਜਗਤ ਵਿੱਚ ਦਾਦੇ ਦਾ ਨਾਵਾਂ। ਸਤਿਗੁਰੂ ਮੈਨੂੰ ਇਜਾਜ਼ਤ ਦਿਓ, ਮੈਂ ਜਾਵਾਂ ਜੰਗ ਦੇ ਮੈਦਾਨ ਅੰਦਰ। ਕੋਲ ਖੜੇ ਸਿੱਖਾਂ ਦੇ ਹੱਥ ਜੁੜ ਗਏ। ਨਾ ਦਾਤਾ, ਦੋਵਾਂ ਦਾ ਪਤਾ ਕੋਈ ਨਹੀਂ, ਸਤਿਗੁਰੂ ਇਹੀ ਤੇ ਦੋ ਬਚੇ ਨੇ। ਮਹਾਰਾਜ ਅਸੀਂ ਸਾਡੇ ਜੀਂਦਿਆਂ ਜੀ ਸਾਹਿਬਜ਼ਾਦੇ ਜੰਗ ਦੇ ਮੈਦਾਨ ਵਿੱਚ ਜਾਣੇ ਨਹੀਂ ਹੋ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਉਹ ਸਿੰਘੋ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ, ਜਿੱਦਾਂ ਦੇ ਤੁਸੀਂ ਹੋ ਉਦਾਂ ਦੇ ਮੇਰੇ ਵਾਸਤੇ ਮੇਰੇ ਸਾਹਿਬਜ਼ਾਦੇ ਹੈ। ਮੈਂ ਕਦੇ ਆਪਣੇ ਪੁੱਤਰਾਂ ਵਿੱਚ ਆਪਣੇ ਸਿੱਖਾਂ ਵਿੱਚ ਕੋਈ ਫਰਕ ਨਹੀਂ ਸਮਝਿਆ। ਬਾਬਾ ਅਜੀਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਅਜੀਤ ਸਿੰਘ ਜਿੱਦਣ ਭੰਗਾਣੀ ਦਾ ਜੰਗ ਜਿੱਤ ਕੇ ਆਇਆ ਸੀ ਉਦਣ ਤੇਰਾ ਜਨਮ ਹੋਇਆ ਤੇ ਤੇਰਾ ਨਾਂ ਅਜੀਤ ਰੱਖਿਆ, ਤੈਨੂੰ ਮੌਤ ਵੀ ਜਿੱਤ ਨਹੀਂ ਸਕੇਗੀ। ਤੇ ਸਾਹਿਬ ਬਾਬਾ ਅਜੀਤ ਸਿੰਘ ਨੇ ਕਿਹਾ, ਪਾਤਸ਼ਾਹ ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ, ਜੀਤਾ ਤੋਂ ਕਿਆ ਹਾਰ ਕੇ ਜੀਤਾ ਨਾ ਆਊਂਗਾ, ਮੈਨੂੰ ਕੋਈ ਨਹੀਂ ਜਿੱਤ ਸਕੇਗਾ। ਸਤਿਗੁਰੂ ਨੇ ਸ਼ਸਤਰ ਬਸਤਰ ਸਜਾਏ, ਆਪਣੇ ਪੁੱਤਰ ਦੇ ਨਾਲ ਕੁਝ ਸਿੰਘਾਂ ਦਾ ਜਥਾ ਤੋਰਿਆ। ਮਹਾਰਾਜ ਨੇ ਗੜੀ ਦੇ ਵਿੱਚੋਂ ਤੀਰਾਂ ਦਾ ਮੀਂਹ ਵਰਾ ਦਿੱਤਾ। ਆਪਣੇ ਪੁੱਤਰ ਨੂੰ ਤੀਰਾਂ ਦੀ ਛਾਂ ਥੱਲੇ ਸਤਿਗੁਰੂ ਨੇ ਜੰਗ ਦੇ ਮੈਦਾਨ ਵਿੱਚ ਤੋਰਿਆ। ਬਾਬਾ ਅਜੀਤ ਸਿੰਘ ਨੇ ਆਣ ਕੇ ਪਹਿਲਾਂ ਤੀਰ ਚਲਾਏ, ਜਦੋਂ ਤੀਰ ਮੁੱਕ ਗਏ ਫਿਰ ਸਤਿਗੁਰੂ ਉਸ ਵੇਲੇ ਬਾਬਾ ਅਜੀਤ ਸਿੰਘ ਨੇ ਨੇਜ਼ੇ ਦੇ ਨਾਲ ਕਈਆਂ ਨੂੰ ਮਾਰਿਆ। ਇੱਕ ਨੇਜ਼ਾ ਜਦੋਂ ਤੁਰਕ ਦੀ ਛਾਤੀ ਵਿੱਚ ਮਾਰਿਆ, ਟੁੱਟਣ ਲੱਗੇ, ਨੇਜ਼ਾ ਟੁੱਟ ਗਿਆ। ਬਾਬਾ ਅਜੀਤ ਸਿੰਘ ਨੇ ਆਪਣੀ ਸ੍ਰੀ ਸਾਹਿਬ ਕੱਢ ਲਈ। ਆਪਣੀ ਸ੍ਰੀ ਸਾਹਿਬ ਦੇ ਨਾਲ ਹਜ਼ਾਰਾਂ ਦੁਸ਼ਮਣਾਂ ਨੂੰ ਮਾਰਦਿਆਂ ਮਾਰਦਿਆਂ ਆਖਰ ਆਣ ਕੇ ਉਹਨਾਂ ਦੇ ਸਰੀਰ ਦੇ ਉੱਪਰ ਵਾਰ ਹੋਣੇ ਸ਼ੁਰੂ ਹੋਏ। ਕਈ ਤੀਰ ਵੱਜੇ, ਕਈ ਨੇਜ਼ੇ ਵੱਜੇ, ਕਈ ਤਲਵਾਰਾਂ ਦੇ ਫੱਟ ਲੱਗੇ। ਇਤਿਹਾਸ ਕਹਿੰਦਾ 300 ਦੇ ਕਰੀਬ ਜ਼ਖਮ ਖਾ ਕੇ ਬਾਬਾ ਅਜੀਤ ਸਿੰਘ ਚਮਕੌਰ ਦੇ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਦਾ ਜਾਮ ਪੀ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਮਟੀ ਦੇ ਵਿੱਚ ਖੜ੍ਹੇ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖ ਰਹੇ ਸੀ। ਅਤੇ ਜਦੋਂ ਬਾਬਾ ਅਜੀਤ ਸਿੰਘ ਸ਼ਹੀਦ ਹੁੰਦੇ, ਸਤਿਗੁਰੂ ਨੇ ਉੱਚੀ ਆਵਾਜ਼ ਵਿੱਚ ਕਿਹਾ, ਸ਼ਾਬਾਸ਼ ਪਿਸਰ। ਪਿਸਰ ਕਹਿੰਦੇ ਪੁੱਤਰ ਨੂੰ, ਸ਼ਾਬਾਸ਼ ਏ ਪੁੱਤਰਾ, ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਕਿਉਂ ਗੋਬਿੰਦ ਕੇ ਫਰਜ਼ੰਦ ਬੜੇ ਹੋ। ਉਹ ਲੜਦਾ ਵੀ ਕਿਉਂ ਨਾ, ਤੂੰ ਗੁਰੂ ਗੋਬਿੰਦ ਸਿੰਘ ਦਾ ਵੱਡਾ ਪੁੱਤਰ ਜੂ ਹੈ। ਸਿੱਖ ਖਾਮੋਸ਼ ਖੜੇ ਆ, ਕੀ ਕਹਿਣ। ਇਹਨਾਂ ਚਿਰ ਨੂੰ ਬਾਬਾ ਜੁਝਾਰ ਸਿੰਘ ਆਣ ਕੇ ਬੇਨਤੀ ਕਰਕੇ ਕਹਿੰਦਾ, ਸਤਿਗੁਰੂ ਭਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਖਾਣਾ ਨਹੀਂ ਪੀਣਾ ਨਹੀਂ ਸੋਣਾ ਨਹੀਂ ਪਾਤਾ, ਭਰਾ ਤੋਂ ਵਿਛੜ ਕੇ ਮੈਂ ਰਹਿ ਨਹੀਂ ਸਕਦਾ, ਮੈਨੂੰ ਵੀ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਦਿਓ। ਸਤਿਗੁਰੂ ਕਹਿਣ ਲੱਗੇ, ਜੁਝਾਰ ਸਿਆਂ 14 ਵਰਿਆਂ ਦੀ ਉਮਰ ਹੈ, ਤੂੰ ਲੜ ਲੇਂਗਾ? ਤੇ ਜੋਗੀ ਜੀ ਦੇ ਮਨ ਦਾ ਵਲਵਲਾ ਏ। ਜੁਝਾਰ ਸਿੰਘ ਕਹਿਣ ਲੱਗਿਆ, ਲੜਨਾ ਨਹੀਂ ਆਤਾ ਮੁਝੇ, ਮਰਨਾ ਤੋਂ ਆਤਾ ਹੈ। ਆਪਣੇ ਵੱਡੇ ਭਰਾ ਦੀ ਤਰ੍ਹਾਂ ਸ਼ਹੀਦ ਤੇ ਹੋ ਹੀ ਸਕਦਾ ਨਾ ਫਿਰ ਮੈਂ। ਕੋਲ ਖੜੇ ਗੁਰੂ ਕੇ ਸਿੱਖਾਂ ਨੇ ਕੰਬਦੇ ਹੋਏ ਬੁੱਲਾਂ ਦੇ ਨਾਲ ਆਖਿਆ, ਦਾਤਾ
ਉਹ ਇੱਕ ਅੱਖਾਂ ਦੇ ਸਾਹਮਣੇ ਪੁਰਜਾ ਪੁਰਜਾ ਹੋ ਕੇ ਸ਼ਹੀਦ ਹੋ ਗਿਆ, ਦੋ ਦਾ ਪਤਾ ਕੋਈ ਨਹੀਂ, ਇੱਕ ਨਿਸ਼ਾਨੀ ਬਚੀ ਹੈ, ਕਿਰਪਾ ਕਰ ਇਹ ਨਿਸ਼ਾਨੀ ਰੱਖ ਕੇ ਤੁਸੀਂ ਚਮਕੌਰ ਦੀ ਗੜੀ ਵਿੱਚੋਂ ਚਲੇ ਜਾਓ, ਅਸੀਂ ਆਪੇ ਦੁਸ਼ਮਣਾਂ ਦੇ ਨਾਲ ਵੇਖ ਲਵਾਂਗੇ। ਮਹਾਰਾਜ ਕਹਿਣ ਲੱਗੇ, ਨਹੀਂ ਸਿੱਖੋ, ਇੱਥੇ ਮੇਰੇ ਸਾਹਿਬਜ਼ਾਦੇ ਸ਼ਹੀਦ ਹੋਣਗੇ, ਇੱਥੇ ਗੁਰੂ ਗੋਬਿੰਦ ਸਿੰਘ ਸ਼ਹੀਦ ਹੋਣਗੇ। ਸਿੱਖ ਖਾਮੋਸ਼ ਖੜ੍ਹੇ, ਅੱਖਾਂ ਦੇ ਵਿੱਚੋਂ ਨੀਰ ਵਹਿ ਰਿਹਾ, ਕੁਝ ਕਰ ਵੀ ਨਹੀਂ ਸਕਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਹੱਥੀਂ ਬਾਬਾ ਜੁਝਾਰ ਸਿੰਘ ਨੂੰ ਸ਼ਸਤਰ ਬਸਤਰ ਸਜਾਏ, ਇੱਕ ਗੱਲ ਕਹੀ, ਪੁੱਤਰਾ ਤੁਮ ਹੀ ਹੋ ਨਾਨਕ ਬੇੜੇ ਪੰਥ ਕੇ ਖਵਈਆ, ਸਰ ਬੇਟ ਕਰੋ ਤਾਂ ਕਿ ਧਰਮ ਕੇ ਚੱਲੇ ਨਈਆ। ਪੁੱਤਰਾ ਤੂੰ ਹੀ ਇਸ ਵੇਲੇ ਗੁਰੂ ਨਾਨਕ ਦੇ ਘਰ ਦੇ ਬੇੜੇ ਦਾ ਮਲਾਂ ਏ, ਆਪਣਾ ਸੀਸ ਭੇਟ ਕਰ ਦੇ ਤਾਂ ਕਿ ਗੁਰੂ ਨਾਨਕ ਦਾ ਧਰਮ ਜਿਹੜਾ ਉਹ ਚੱਲਦਾ ਰਹੇ। ਮਹਾਰਾਜ ਨੇ ਕਿਹਾ, ਮੇਰੇ ਮਨ ਵਿੱਚ ਇੱਕ ਖੁਆਇਸ਼ ਹੈ। ਉਹ ਖੁਆਇਸ਼ ਤੇ ਹਰ ਪਿਤਾ ਦੇ ਮਨ ਵਿੱਚ ਹੁੰਦੀ ਹੈ ਕਿ ਮੇਰਾ ਪੁੱਤਰ ਵੱਡਾ ਹੋਵੇਗਾ, ਕਿਸੇ ਚੰਗੇ ਕਾਰੋਬਾਰ ਤੇ ਲੱਗੇਗਾ, ਚੋ ਕੋਈ ਚੰਗਾ ਅਫਸਰ ਬਣੇਗਾ, ਹਰ ਪਿਤਾ ਸੋਚਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਪੁੱਤਰਾ ਮੇਰੇ ਮਨ ਵਿੱਚ ਇੱਕ ਖੁਆਇਸ਼ ਹੈ। ਜੁਝਾਰ ਸਿੰਘ ਹੱਥ ਜੋੜ ਕੇ ਕਹਿੰਦਾ, ਮਹਾਰਾਜ ਖੁਆਇਸ਼ ਕਾਹਦੀ? ਸਤਿਗੁਰੂ ਕਹਿੰਦੇ, ਖੁਆਇਸ਼ ਹੈ ਤੇਗ ਤੁਮੇ ਚਲਾਤੇ ਹੋਏ ਦੇਖੇ, ਆਂਖ ਸੇ ਬਰਸ਼ੀ ਤੁਮੇ ਖਾਤੇ ਹੋਏ ਦੇਖੇ। ਮੈਂ ਤੈਨੂੰ ਲੜਦਿਆਂ ਵੇਖਣਾ ਚਾਹੁੰਦਾ ਤੇ ਆਪਣੀਆਂ ਅੱਖਾਂ ਦੇ ਨਾਲ ਸ਼ਹੀਦ ਹੁੰਦਿਆਂ ਵੇਖਣਾ ਚਾਹੁੰਦਾ ਹੈ। ਸੱਚ ਜਾਣਿਓ, ਇੱਦਾਂ ਦੀ ਖੁਆਇਸ਼ ਕਿਸੇ ਪਿਤਾ ਦੀ ਨਹੀਂ ਹੋਏਗੀ। ਪੁੱਤਰ ਵੇਖ ਕੇ ਜਦੋਂ ਪੁੱਤਰਾਂ ਦੇ ਮਰਨ ਦੀ ਗੱਲ ਆਈ, ਵੱਡੇ ਵੱਡੇ ਪੈਗੰਬਰ ਅਵਤਾਰ ਔਲੀਏ ਰੋਂਦੇ ਨਜ਼ਰ ਆਏ। ਹਜ਼ਰਤ ਇਬਰਾਹਿਮ ਕਹਿਣ ਲੱਗਿਆ, ਪੁੱਤਰ ਦੀ ਬਲੀ ਦੇਣ ਲੱਗੇ, ਕਹਿੰਦਾ ਮੇਰੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿਓ, ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਮਰਦਾ ਪੁੱਤਰ ਨਹੀਂ ਵੇਖ ਸਕਦਾ। ਗੁਰੂ ਦਰੋਣਾ ਦੇ ਸਾਹਮਣੇ ਰੌਲਾ ਪਾਇਆ ਗਿਆ, ਉਹਦਾ ਪੁੱਤਰ ਅਸ਼ਵਥਾਮਾ ਮਾਰਿਆ ਗਿਆ, ਹਾਲਾਂਕਿ ਝੂਠ ਝੂਠ ਮਾਰਿਆ ਗਿਆ, ਅਸ਼ਵਥਾਮਾ ਜਿੰਦਾ ਹੈ। ਉਹਨੇ ਆਪਣੇ ਸ਼ਸਤਰ ਸੁੱਟ ਦਿੱਤੇ, ਪਾਂਡਵਾਂ ਨੇ ਉਹਨੂੰ ਕਤਲ ਕਰ ਦਿੱਤਾ। ਪੁੱਤਰ ਦਾ ਵਿਛੋੜਾ ਕੋਈ ਨਹੀਂ ਚੱਲ ਸਕਿਆ। ਦਸ਼ਰਥ ਦੇ ਸਾਹਮਣੇ ਉਹਦਾ ਪੁੱਤਰ ਸ਼੍ਰੀ ਰਾਮ ਚੰਦਰ 14 ਸਾਲ ਦਾ ਬਨਵਾਸ ਕੱਟਣ ਵਾਸਤੇ ਚੱਲਿਆ, ਪਤਾ ਹੈ 14 ਸਾਲ ਬਾਅਦ ਆ ਜਾਣਾ ਹੈ। ਦਸ਼ਰਥ ਜਿਹੜਾ ਸੀ ਵਿਛੋੜੇ ਦੇ ਵਿੱਚ ਤੜਫ ਤੜਫ ਕੇ ਮਰ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰੇ ਵਰਗਾ ਕੌਣ ਹੋ ਸਕਦਾ। ਤਾਂ ਹੀ ਜੋਗੀ ਇੱਕ ਗੱਲ ਕਹਿੰਦਾ ਹੈ, ਕਹਿੰਦਾ ਦੁਨੀਆਂ ਦੇ ਲੋਕੋ ਇਨਸਾਫ ਕਰਿਓ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਇਨਸਾਫ ਕਰੇ, ਜੀ ਮੈਂ ਜ਼ਮਾਨਾ ਤੋਂ ਜ਼ਕੀ ਹੈ, ਕਹਿ ਦਿਓ ਗੁਰੂ ਗੋਬਿੰਦ ਕਾ ਸਾਨੀ ਨਹੀਂ ਹੈ। ਗੁਰੂ ਗੋਬਿੰਦ ਸਿੰਘ ਦਾ ਸਾਨੀ ਕੌਣ ਹੋ ਸਕਦਾ ਹੈ? ਮਹਾਰਾਜ ਨੇ ਉਸ ਵੇਲੇ ਖੰਜਰ ਦਿੱਤਾ ਤੇ ਨਾਲੇ ਇੱਕ ਗੱਲ ਕਹੀ, ਦੇਤੇ ਹੈ ਖੰਜਰ ਇਸੇ ਤੀਰ ਸਮਝਣਾ, ਨੇਜੋ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜ਼ਖਮ ਆਏ ਰੋਣਾ ਨਹੀਂ ਬੇਪੀਰ ਸਮਝਣਾ। ਸਤਿਗੁਰੂ ਨੇ ਸ਼ਸਤਰ ਬਸਤਰ ਸਜਾ ਕੇ ਫਿਰ ਜੁਝਾਰ ਸਿੰਘ ਨੂੰ ਤੋਰਦਿਆਂ ਕਿਹਾ, ਲੈ ਜਾਓ ਸੁਧਾਰੋ ਤੁਮੇ ਅੱਲਾ ਕੋ ਸੌਂਪਾ, ਮਰੋ ਜਾਂ ਮਾਰੋ ਤੁਮੇ ਅੱਲਾ ਕੋ ਸੌਂਪਾ, ਰੱਬ ਕੋ ਨਾ ਵਿਸਾਰੋ ਤੁਮੇ ਅੱਲਾ ਕੋ ਸੌਂਪਾ। ਬਾਬਾ ਜੁਝਾਰ ਸਿੰਘ ਨਾਲ ਸਿੱਖਾਂ ਦਾ ਜਥਾ ਲੈ ਕੇ ਜੰਗ ਦੇ ਮੈਦਾਨ ਵਿੱਚ ਆਏ, ਸੈਂਕੜਿਆਂ ਦੇ ਨਾਲ ਲੜੇ, ਸੈਂਕੜਿਆਂ ਨੂੰ ਮਾਰਿਆ। ਆਖਿਰਕਾਰ ਕਿੰਨਾ ਕੁ ਸਮਾਂ ਲੜਿਆ ਜਾ ਸਕਦਾ ਸੀ? ਇੱਧਰ 8 ਪੋਹ ਦੀਆਂ ਸ਼ਾਮਾਂ ਪੈਂਦੀਆਂ ਪਈਆਂ ਸੀ, ਇੱਕ ਤੀਰ ਆਉਂਦਾ ਏ, ਬਾਬਾ ਜੁਝਾਰ ਸਿੰਘ ਦੀ ਛਾਤੀ ਨੂੰ ਵਿੰਨ ਕੇ ਜਿਹੜਾ ਚਲਿਆ ਜਾਂਦਾ ਜਿਵੇਂ ਗੁਲਾਬ ਦੇ ਫੁੱਲ ਦੇ ਵਿੱਚੋਂ ਕੰਡਾ ਆਰ ਪਾਰ ਹੋ ਜਾਂਦਾ, ਇੱਦਾਂ ਕੋਮਲ ਜੇ ਸਰੀਰ ਵਿੱਚੋਂ ਤੀਰ ਆਰ ਪਾਰ ਹੋ ਗਿਆ। ਬਾਬਾ ਜੁਝਾਰ ਸਿੰਘ ਸ਼ਹਾਦਤ ਦਾ ਜਾਮ ਪੀ ਕੇ ਜੰਗ ਦੇ ਮੈਦਾਨ ਵਿੱਚ ਡਿੱਗਦੇ ਪਏ ਸੀ ਤੇ ਸੀਤਲ ਸਾਹਿਬ ਕਹਿੰਦੇ ਨੇ,
ਹੱਸ ਸ਼ਹੀਦੀ ਪਾ ਗਿਆ ਜਦ ਲਾਲ ਸੁਟੇਰਾ ਅੱਖਾਂ ਸਾਹਮਣੇ ਹੋ ਗਿਆ ਉਹ ਬੇਰਾ ਬੇਰਾ ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ ਹੱਥ ਬੰਨ ਬੋਲੇ ਪਾਤਸ਼ਾਹ ਵਾ ਭਾਣਾ ਤੇਰਾ ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ ਮੇਰਾ ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ ਹੋਵਾਂ ਤੈਥੋਂ ਸੁਰਖਰੂ ਪ੍ਰਣ ਪਾਲ ਉਚੇਰਾ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਪੰਥ ਵਸੇ ਮੈਂ ਉੱਜੜਾਂ ਮਨ ਚਾਓ ਘਨੇਰਾ ਤੇ ਅੱਜ ਸਮੁੱਚੀ ਮਾਨਵਤਾ ਸਮੁੱਚੀ ਦੁਨੀਆ ਹੱਥ ਜੋੜ ਕੇ ਕਹਿੰਦੀ ਹੈ ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜੇਰਾ ਤੇਰੇ ਵਰਗਾ ਜਿਗਰਾ ਕਿਹਦੇ ਕੋਲ ਹੋ ਸਕਦਾ ਹੈ। ਸ਼ਾਮ ਪਈ ਜੰਗ ਬੰਦ ਹੋ ਗਿਆ ਗੁਰੂ ਕੇ ਸਿੱਖ ਖਮੋਸ਼ ਖੜੇ ਹੈ ਉਹਨਾਂ ਨੇ ਹੱਥ ਜੋੜ ਕੇ ਇੱਕ ਬੇਨਤੀ ਕਰਕੇ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਅਸੀਂ ਜੱਗ ਤੇ ਰਹੇ ਜੀਂਦੇ ਜਾਗਾ ਪਾਸਾ ਜੱਗ ਦਾ ਅਸਾਂ ਨੇ ਥੰਮਣਾ ਨਹੀਂ ਪਰ ਜੇ ਤੂੰ ਨਾ ਰਿਹਾ ਦਸ਼ਮੇਸ਼ ਦੂਲੇ ਗੋਬਿੰਦ ਸਿੰਘ ਮੁੜ ਜੱਗ ਤੇ ਜੰਮਣਾ ਨਹੀਂ। ਸਤਿਗੁਰੂ ਅਸੀਂ ਲੱਖਾਂ ਸਿੱਖ ਵੀ ਹੋਈਏ ਇੱਕ ਗੋਬਿੰਦ ਸਿੰਘ ਪੈਦਾ ਨਹੀਂ ਹੋ ਸਕਦਾ ਪਰ ਇੱਕ ਗੋਬਿੰਦ ਸਿੰਘ ਸਾਡੇ ਵਰਗੇ ਲੱਖਾਂ ਸਿੱਖ ਪੈਦਾ ਕਰ ਸਕਦਾ ਹੈ। ਸਤਿਗੁਰੂ ਬੇਨਤੀ ਹੈ ਤੁਸੀਂ ਇਸ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ। ਮਹਾਰਾਜ ਨੇ ਪੰਜ ਸਿੱਖਾਂ ਨੂੰ ਸਨਮੁੱਖ ਖੜਿਆਂ ਕੀਤਾ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ, ਭਾਈ ਸੰਤ ਸਿੰਘ। ਆਪਣਾ ਕਲਗੀ ਤੋੜਾ ਲਾ ਕੇ ਸੰਗਤ ਸਿੰਘ ਦੇ ਸੀਸ ਤੇ ਸਜਾਇਆ। ਪੰਜ ਸਿੱਖਾਂ ਦੀਆਂ ਤਿੰਨ ਪ੍ਰਕਰਮਾਂ ਕੀਤੀਆਂ। ਮਹਾਰਾਜ ਇੱਕ ਗੱਲ ਦਰਸਾ ਰਹੇ ਸੀ ਇੱਕ ਦਿਨ ਸਮਾਂ ਆਉਣਾ ਹੈ ਇਹ ਜੋਤ ਜਿਹੜੀ ਹੈ ਗ੍ਰੰਥ ਵਿੱਚ ਟਿਕਣੀ ਹੈ ਪਰ ਸਤਿਗੁਰੂ ਆਪਣਾ ਪੰਥ ਸਰੀਰ ਦਾ ਜਾਮਾ ਆਪਣੇ ਪੰਥ ਨੂੰ ਬਖਸ਼ਿਸ਼ ਕਰਕੇ ਸਤਿਗੁਰੂ ਚਮਕੌਰ ਦੀ ਗੜੀ ਵਿੱਚੋਂ ਨਿਕਲੇ। ਮਹਾਰਾਜ ਫਿਰ ਉਸ ਵੇਲੇ ਦੇ ਨਾਲ ਗੜੀ ਛੱਡ ਕੇ ਚਲੇ ਜਾਂਦੇ। ਅੱਖਾਂ ਦੇ ਸਾਹਮਣੇ ਦੋ ਪੁੱਤਰ ਸ਼ਹੀਦ ਹੋਏ ਪਏ ਸੀ। ਮਨ ਦਾ ਖਿਆਲ ਹੈ ਵਿਦਵਾਨ ਦਾ, ਉਹ ਕਹਿੰਦਾ ਹੈ ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਜੀ ਚਾਹੁੰਦਾ ਥੋੜ੍ਹਾ ਪਿਆਰ ਜਤਲਾ ਦਿਆਂ, ਨਿਭਾਈ ਦੀ ਅਖੀਰ ਔਰ ਰਸਮ ਨਿਭਾ ਦਿਆਂ, ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆਂ, ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ। ਲੱਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ, ਪੁੱਤਰਾਂ ਦੀ ਪੀੜ ਤਾਂ ਪੰਖੇਰੂ ਵੀ ਨਹੀਂ ਝੱਲਦੇ। ਸਤਿਗੁਰੂ ਆ ਪੰਖੇਰੂ ਜਿਹੜੇ ਉਹ ਵੀ ਆਪਣੇ ਬੱਚਿਆਂ ਨੂੰ ਇੱਦਾਂ ਨਹੀਂ ਵੇਖ ਸਕਦੇ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਗੋਂ ਜਵਾਬ ਦਿੰਦਿਆਂ ਇੱਕ ਗੱਲ ਕਹੀ। ਮਹਾਰਾਜ ਕਹਿੰਦੇ ਬੋਲੇ ਦਸ਼ਮੇਸ਼ ਪਿਤਾ ਅੱਗੋਂ ਲਲਕਾਰ ਕੇ ਲੈਣਾ ਕੀ ਹੈ ਸਿੱਖਾਂ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖਣਾ ਮੈਦਾਨ ਵਿੱਚ ਨਿਗਾਹ ਜ਼ਰਾ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ ਲਾਲਾਂ ਤੋਂ ਪਿਆਰੇ ਇਹ ਵੀ ਮਾਵਾਂ ਦੇ ਉਹ ਲਾਲ ਨੇ ਬਿਨਾਂ ਤਨਖਾਹਾਂ ਦੇ ਰਹੇ ਜੋ ਮੇਰੇ ਨਾਲ ਨੇ ਔਖ ਸੌਖ ਵੇਲੇ ਮੇਰੇ ਸਿੰਘ ਭਾਈ ਵਾਲ ਨੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਉਹ ਮੁੱਕਦਾ ਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ। ਦਇਆ ਸਿੰਘਾਂ ਮੋਹ ਵਾਲੇ ਤਿਨਕੇ ਤਰੋੜਦੇ ਛੋੜਦੇ ਜੀਤ ਦਾ ਜੁਝਾਰ ਦਾ ਖਿਆਲ ਇੱਥੇ ਛੋੜਦੇ ਕੌਮ ਦੇ ਸ਼ਹੀਦ ਨਹੀਂ ਉਹ ਕੱਫੜਾਂ ਨੂੰ ਰੋਲਦੇ ਤੂੰ ਇਹਦਾ ਹੀ ਦਮਾਲਾ ਇਹਦੇ ਮੁੱਖੇ ਉੱਤੇ ਮੋੜ ਦੇ। ਦਇਆ ਸਿੰਘ ਕਾ ਤੋਂ ਦਈ ਜਾਣਾ ਮੋਹ ਦੀਆਂ ਥੰਮੀਆਂ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ। ਇੱਕ ਵਿਦਵਾਨ ਲਿਖਦਾ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਏਦਾਂ ਮੰਜ਼ਲ ਮੁਕਾਮ ਦਾ ਵੇਖਿਆ ਨਾ, ਪੈਰ ਪੈਰ ਤੇ ਰਾਜ ਨੂੰ ਮਾਰ ਠੁੱਕਰ ਹੀਰੇ ਲਾਲ ਲਟਾਮ ਦਾ ਵੇਖਿਆ ਨਾ, ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਮ ਦਾ ਵੇਖਿਆ ਨਾ, ਇਹ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਹੋ ਸਕਦੇ ਹੈ। ਸਤਿਗੁਰੂ ਕਹਿ ਰਹੇ ਸੀ
ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਬਚਾ ਕੇ ਆ ਗਿਆ ਹਾਂ। ਲੋਕ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ, ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ ਕਿ ਮੈਂ ਸਰਬੰਸ ਲਟਾ ਕੇ ਆ ਗਿਆ ਹਾਂ। ਬੇਸ਼ੱਕ ਮੈਨੂੰ ਕੋਈ ਰਣ ਦਾ ਚੋਰ ਸਮਝੇ, ਪਰ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ, ਸਿੱਖ ਕੁਝ ਹੋਰ ਸਮਝੇ। ਇਹ ਨਹੀਂ ਸੁਣ ਸਕਦਾ ਮੇਰੇ ਵਾਸਤੇ ਪੁੱਤਰ ਵੀ ਉੱਦਾਂ ਦੇ, ਮੇਰੇ ਵਾਸਤੇ ਸਿੱਖ ਵੀ ਉੱਦਾਂ ਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਂਦੇ। ਅਗਲੇਰਾ ਇਤਿਹਾਸ।